को गुरमुख होए ये बाणी महापुरख की निज घर वासा होए सो कहो टल गुर सेवी है अनस सहज सुपाए दर्शन परसें गुरु कै जन्म मरण दुख जाए होवै सिफत खसाम दे नूर अर्शों कुरसो चटिया तुद डिठे सच्चे पातशाह मल जन्म जन्म दे कटिया सतनाम वाहे गुरु जी बसंत महला चौथा रैन दिनस दोए सदे पए मन हर सिमरो अंत सदा रख लए रैन दिनस दोए सदे पए मन हर सिमरो अंत सदा रख लए हर हर चेत सदा मन मेरे सब आलस दुख भंज प्रभ पाया गुरमत गावो गुण प्रभ के रे रहाओ मन मुख फिर होमे मोए काल दैंत संघारे जमपुर गए गुरमुख हर 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 लिव लागे जन्म मरण दो दुख भागे भगत जना कौ हर कृपा तारी गुरु नानक तुठा मिलया बनवारी भगत जना कौ हर कृपा तारी गुरु नानक तुठा मिलया बनवारी वाहिगुरु जी का खालसा वाहिगुरु जी की फतेह। परम सन्मान योग गुरु प्यारे गुरु सवारी साध संगत जी, ये जो पावन शब्द आप जी ने सरवण किया है इस दी पावन विचार आप जी नू सरवण करा रहे हैं। सत्कार योग ज्ञानी हरनाम सिंह जी खालसा, हैड ग्रंथी गुरद्वारा नानक प्याओ साहब, दिल्ली दे इतिहासक गुरद्वारियां दी कार सेवा जथेदार बाबा बचन सिंह जी अते उन्हां दे सहयोगी करवा रहे हैं। गुरद्वारा नानक प्याओ साहब विखे अंडरग्राउंड अजायब घर जोड़ा घर लाइब्रेरी कार पार्किंग दी जो सेवा चल रही है उस दे दूसरे बेस दा लेंटर 19-20 जनवरी नूं पैना है। गुरद्वारा बंगला साहिब विखे भी महापुरशां वल्लों सेवावां चल रहियां हन। संत ज्ञानी हरनाम सिंह जी खालसा दमदमी टकसाल वालियां वल्लों भी सेवा चल रही है। सेवा करके गुरु दियां खुशियां प्राप्त करो। अगले समय वास्ते पावन विचार सरवण करो जी। वाहिगुरु जी का खालसा वाहिगुरु जी की फतेह। नस वंजो
ਕਿਲ ਬਿਖੋ ਕਰਤਾ ਕਹਰ ਆਇਆ ਦੂਤ ਦਹਿਨ ਪਹਿਆ ਗੋਬਿੰਦ ਪ੍ਰਗਟਾਇਆ ਦੂਤ ਦਹਿਨ ਪਹਿਆ ਗੋਬਿੰਦ ਪ੍ਰਗਟਾਇਆ ਸ਼ਬਦਾਵਤਾਰ ਬਾਣੀ ਦੇ ਬੋਹਿਤ ਜੁਗੋਹ ਜੁਗ ਅਟਲ ਪਰਮ ਸਨਮਾਨ ਯੋਗ ਪਰਮ ਸਤਿਕਾਰ ਯੋਗ ਚਵਰ ਛਤਰ ਤਖਤ ਕੇ ਮਾਲਕ ਸਾਹਿਬੇ ਕਬਾਲ ਸਾਹਿਬੇ ਬਰਕਤ ਸਾਹਿਬੇ ਕਮਾਲ ਮੁਰਸ਼ਦੇ ਕਾਮਲ ਕਾਮਲੇ ਰਹਿਬਰ ਰੋਸ਼ਨੇ ਚਿਰਾਗ ਨੂਰੇ ਨਜ਼ਰ ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਜੋਗੀਆਂ ਦੇ ਜੋਗੀ ਨਾਥਾਂ ਦੇ ਨਾਥ ਰਹਿਬਰਾਂ ਦੇ ਰਹਿਬਰ ਗੁਰੂਆਂ ਦੇ ਗੁਰੂ ਧੰਨ ਧੰਨ ਪਿਤਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਤੋਂ ਮਹਾਨ ਸਤਿਗੁਰੂ ਅਸ਼ਟਮ ਬਲਬੀਰਾ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਤੋਂ ਗੁਰੂ ਕੀ ਕਥਾ ਸੁਣ ਰਹੀ ਸਨਮਾਨਯੋਗ ਸਾਧ ਸੰਗਤ ਜੀਓ ਗੁਰੂ ਕੀ ਬਖਸ਼ੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਕੇ ਗੁਰੂ ਤੁਹਾਡੇ ਤੋਂ ਗੁਰੂ ਦਰਬਾਰ ਵਿੱਚ ਟਿਕ ਕੇ ਬੈਠੇ ਹੋ ਜਦ ਵੀ ਗੁਰੂ ਦਰਬਾਰ ਤੱਕ ਪੁੱਜੋ ਇਹ ਭਾਵਨਾ ਲੈ ਕੇ ਘੱਟ ਆਓ ਕਿ ਗੁਰੂ ਨੂੰ ਮੈਂ ਆਪਣੀ ਸੁਣਾਵਾਂਗਾ ਯਤਨ ਇਹ ਹੋਵੇ ਕਿ ਮੈਂ ਗੁਰੂ ਨੂੰ ਸੁਣ ਕੇ ਜਾਵਾਂਗਾ ਵੇਖਣ ਨੂੰ ਮਿਲਦਾ ਹੈ 90% ਲੋਕ ਸਾਡੇ ਵਿੱਚੋਂ ਸੰਗਤ ਰੂਪ ਵਿੱਚ ਜੋ ਆਉਂਦੇ ਨੇ ਇਸ ਤੋਂ ਵੀ ਵੱਧ ਕਹਿ ਸਕਦੇ ਹਾਂ ਸਾਹਮਣੇ ਵੀ ਖੜ੍ਹੇ ਹੋ ਕੇ ਅਰਦਾਸ ਕੀਤੀ ਆਪਣੀ ਸੁਣਾਈ ਪਿੱਛੇ ਕੋਈ ਕੋਨਾ ਲੱਭਿਆ ਉੱਥੇ ਖੜ੍ਹੇ ਹੋ ਕੇ ਅਰਦਾਸ ਕੀਤੀ ਫਿਰ ਸੁਖਾਸਨ ਵਾਲਾ ਸੱਚਖੰਡ ਅਸਥਾਨ ਉੱਥੇ ਵੀ ਖੜ੍ਹੇ ਹੋ ਕੇ ਅਰਦਾਸ ਕੀਤੀ ਤਿੰਨ ਤਿੰਨ ਜਗ੍ਹਾ ਅਸੀਂ ਅਰਦਾਸ ਕੀਤੀ ਗੁਰੂ ਨੂੰ ਕੇਵਲ ਆਪਣੀ ਸੁਣਾਈ ਗੁਰੂ ਦੀ ਨਹੀਂ ਸੁਣੀ ਉਸ ਤੋਂ ਬਾਅਦ ਚਲੇ ਗਏ ਗੱਲ ਰਿਪੀਟ ਹੁੰਦੀ ਪਕੜ 'ਚ ਆ ਜਾਂਦੀ ਹੈ ਸਕੇ ਮਾਂ ਬਾਪ ਵੀ ਕਿਤੇ ਦੂਰ ਰਹਿੰਦੇ ਹੋਣ ਤੁਸੀਂ ਗਿਫਟ ਤੋਹਫੇ ਲੈ ਕੇ ਜਾਓ ਦੌਲਤ ਲੈ ਕੇ ਜਾਓ ਸਾਹਮਣੇ ਰੱਖ ਕੇ ਖੜ੍ਹੇ ਖੜ੍ਹੇ ਆਪਣੀਆਂ ਸੁਣਾ ਕੇ ਤੁਰ ਪਾਓ ਨਾ ਅਤੇ ਉਹ ਵੀ ਕਹਿੰਦੇ ਨੇ ਕਿ ਤੇਰੀ ਦੌਲਤ ਦੇ ਅਸੀਂ ਭੁੱਖੇ ਨਹੀਂ ਸੀ ਬੈਠੇ ਆਪਣੀਆਂ ਹੀ ਮਾਰ ਕੇ ਚਲਾ ਗਏ ਸਾਡੀ ਤਾਂ ਸੁਣੀ ਨਹੀਂ ਅਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਵਰਗੀ ਮਹਾਨ ਸ਼ਖਸੀਅਤ ਹੋਵੇ ਗੁਰਦੇਵ ਮਾਤਾ ਗੁਰਦੇਵ ਪਿਤਾ ਅਤੇ ਅਸੀਂ ਸੁਣ ਹੀ ਨਾ ਸਕੀਏ ਅਸੀਂ 15 ਮਿੰਟ ਅੱਧਾ ਘੰਟਾ ਬੈਠ ਹੀ ਨਾ ਸਕੀਏ ਅਤੇ ਫਿਰ ਵੱਡੀ ਅਵੱਗਿਆ ਕਰਦੇ ਹਾਂ ਗੁਰੂ ਕਿਰਪਾ ਕਰੇ ਬਹੁਤ ਸੁੰਦਰ ਮਾਹੌਲ ਹੈ ਅੱਜ ਕੱਲ੍ਹ ਮੌਸਮ ਵੀ ਬੜਾ ਠੰਡਾ ਘਰ ਬੈਠਿਆਂ ਲੋਕ ਟੈਲੀਵਿਜ਼ਨ ਫਿਲਮ ਦੀਆਂ ਝੂਠੀਆਂ ਕਹਾਣੀਆਂ ਟੈਲੀਵਿਜ਼ਨ ਦੇ ਨਾਟਕ ਉਹਨਾਂ ਵਿੱਚ ਗਲਤਾਨ ਹੋਏ ਜਾਂ ਉਹੀ ਨਿਊਜ਼ ਚੈਨਲਾਂ 'ਤੇ ਖਬਰਾਂ ਕੋਈ ਵਿਰਲਾ ਹੁੰਦਾ ਹੈ ਜੋ ਗੁਰੂ ਦੇ ਇਤਿਹਾਸ ਨਾਲ ਸਾਂਝ ਪਾਉਂਦਾ ਹੈ ਇਹ ਦਿਨ ਜਿਹੜੇ ਗਏ ਨੇ ਇਹ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀ ਜਗ੍ਹਾ ਰੱਖਦੇ ਨੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਸਰਬੰਸ ਵਾਰਨ ਤੋਂ ਬਾਅਦ ਉਹ ਸਮਾਂ ਵੀ ਹੁਣ ਆ ਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਾ ਵੇਲਾ ਵੀ ਕੁਝ ਦਸ਼ਮੇਸ਼ ਪਿਤਾ ਦੀਆਂ ਗੱਲਾਂ ਕਰਾਂਗੇ
ਉਹਨਾਂ ਦੇ ਸਾਹਿਬਜ਼ਾਦਿਆਂ ਦੀ ਵੀ, ਕਿਉਂਕਿ ਅੱਜ ਜੋ ਮੇਰੇ ਅਜੀਜ਼ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਹੈਡ ਗ੍ਰੰਥੀ ਸਾਹਿਬਾਨ ਨੇ ਲੜੀਵਾਰ ਸ਼ਬਦ ਪੜ੍ਹਿਆ ਹੈ, ਉਸ ਸ਼ਬਦ ਦੇ ਵਿੱਚ ਵੀ ਮੌਤ ਦੀ ਗੱਲ ਹੈ। ਅਤੇ ਜੇ ਮੌਤ ਦੀ ਗੱਲ ਕਰੀਏ ਤਾਂ ਗੁਰੂ ਕੇ ਸਾਹਿਬਜ਼ਾਦਿਆਂ ਨੇ ਅਤੇ ਗੁਰੂ ਨੇ ਤਾਂ ਮੌਤ ਨਾਲ ਮਖੌਲ ਕੀਤਾ ਹੈ, ਮੌਤ ਨੂੰ ਆਪਣੇ ਕਦਮਾਂ 'ਚ ਝੁਕਾਇਆ ਹੈ, ਮੌਤ ਤੋਂ ਡਰੇ ਨਹੀਂ ਮੌਤ ਨੂੰ ਡਰਾਇਆ ਹੈ। 40 ਮੁਕਤੇ ਭਾਵੇਂ ਉਹ ਚਮਕੌਰ ਗੜੀ ਵਾਲੇ ਹੋਣ, ਭਾਵੇਂ ਮੁਕਤਸਰ ਦੀ ਜੰਗ ਵਾਲੇ ਹੋਣ, ਮੌਤ ਤੋਂ ਡਰੇ ਨਹੀਂ ਮੌਤ ਨੂੰ ਡਰਾਇਆ ਹੈ। ਮੌਤ ਇਉਂ ਲੱਗਦਾ ਸੀ ਉਹਨਾਂ ਦੇ ਸਾਹਮਣੇ ਝੁੱਕ ਕੇ ਸਲਾਮਾਂ ਕਰ ਰਹੀ ਹੈ। ਤਾਂ ਹੀ ਤਾਂ ਅਦੀਬ ਕਹਿ ਦਿੰਦਾ ਹੈ, ਦਾਦ ਦੇਤੀ ਹੈ ਗਰਦਿਸ਼ੇ ਦੌਰਾਂ, ਜ਼ਿੰਦਗੀ ਐਹਤਰਾਮ ਕਰਤੀ ਹੈ, ਇਸ਼ਕ ਜਬ ਹੱਦ ਸੇ ਗੁਜਰਤਾ ਹੈ, ਮੌਤ ਵੀ ਝੁੱਕ ਕੇ ਸਲਾਮ ਕਰਤੀ ਹੈ, ਇਸ਼ਕ ਜਬ ਹੱਦ ਸੇ ਗੁਜਰਤਾ ਹੈ, ਮੌਤ ਵੀ ਝੁੱਕ ਕੇ ਸਲਾਮ ਕਰਤੀ ਹੈ। ਪਰ ਉਹਨਾਂ ਦਾ ਇਸ਼ਕ ਉੱਥੇ ਪਹੁੰਚ ਗਿਆ ਸੀ, ਉਹ ਇਹੋ ਜਿਹੇ ਆਸ਼ਕ ਬਣ ਗਏ ਸਨ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨੇ ਨਾਮ ਤੇ ਪੁਹੇ ਪਹਾਰ ਥੀਏ। ਉਹਨਾਂ ਦਾ ਇਸ਼ਕ ਸ਼ਿਖਰ 'ਤੇ ਸੀ, ਚੋਟੀ ਸੇ 'ਤੇ ਸੀ ਮਾਲਕ ਵਾਹਿਗੁਰੂ ਜੀ ਲਈ। ਤਾਂ ਹੀ ਕਿਹਾ ਨਾਮ, ਜੋ ਆਸ਼ਿਕ ਹੋਤੇ ਹੈ ਮੌਤ ਕੇ, ਵੋ ਜੀਨਾ ਛੋੜ ਦੇਤੇ ਹੈ, ਖਿਲੋਨਾ ਸਮਝ ਕਰ ਸਰੀਰ ਕੋ, ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਖਤੋ ਤਾਜ ਨਾ ਹੂਰੋ ਕੀ ਹਸਰਤ ਹੈ, ਖੁਦਾ ਵੀ ਖੁਦਾਈ ਦੇ ਤੋ ਮੋੜ ਦੇਤੇ ਹੈ, ਖੁਦਾ ਵੀ ਖੁਦਾਈ ਦੇ ਤੋ ਮੋੜ ਦੇਤੇ ਹੈ। ਇਹ ਤੇ ਉੱਥੇ ਪਹੁੰਚ ਗਏ ਸਨ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਨਾ ਰਾਜ ਦੀ ਪਰਵਾਹ, ਨਾ ਰਿਆਸਤਾਂ ਦੀ ਪਰਵਾਹ, ਨਾ ਹੂਰਾਂ ਦੀ ਪਰਵਾਹ, ਇੱਥੇ ਤੱਕ ਕਿ ਮੁਕਤੀ ਦੀ ਵੀ ਪਰਵਾਹ ਨਹੀਂ। ਮੁਕਤੀ ਕੀ ਹੈ? ਕਹਿੰਦੇ ਸਾਨੂੰ ਤੇ ਕੇਵਲ ਮਾਲਕ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਗ੍ਹਾ ਚਾਹੀਦੀ ਹੈ, ਜਾਂ ਗੁਰੂ ਪਿਤਾ ਜੀ ਦੇ ਚਰਨਾਂ ਦੇ ਦਾਸ ਹਾਂ। ਕਿਉਂਕਿ ਅੱਜ ਮੌਤ ਦੀ ਗੱਲ ਹੈ ਤੇ ਫਿਰ ਮੌਤ ਤੋਂ ਹੀ ਗੱਲ ਆਰੰਭ ਕੀਤੀ ਹੈ। ਮੌਤ ਤੋਂ ਸਿੰਘ ਡਰਨਗੇ ਕਿਉਂ? ਖਾਲਸੇ ਦਾ ਤੇ ਜਨਮ ਹੀ ਮੌਤ ਵਿੱਚੋਂ ਹੋਇਆ ਹੈ, ਖੰਡੇ ਦੀ ਧਾਰ ਵਿੱਚੋਂ ਹੋਇਆ ਹੈ। ਖਾਲਸੇ ਦਾ ਨਾਂ ਹੀ ਕਹਿ ਦਿਓ, ਮਤਾਂ ਕਿਤੇ ਭੁਲੇਖੇ 'ਚ ਰਹਿਓ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਨੇ ਜਦ ਸੀਸ ਮੰਗੇ ਤੇ ਸਿੰਘਾਂ ਨੇ ਸੀਸ ਦਿੱਤੇ ਤੇ ਖਾਲਸੇ ਦਾ ਜਨਮ ਹੋਇਆ। ਨਹੀਂ, ਯਾਦ ਰੱਖਣਾ, ਅਸਲ ਸਿੱਖ ਦਾ ਜਨਮ ਵੀ ਮੌਤ ਵਿੱਚੋਂ ਹੋਇਆ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਦ ਸਿੱਖੀ ਦੀ ਗੱਲ ਕੀਤੀ ਤੇ ਕਿਹਾ, ਸੱਜਣਾ ਜੇ ਤੂੰ ਮੇਰਾ ਸਿੱਖ ਬਣਨਾ ਹੈ ਨਾ ਤੇ ਇੱਕ ਗੱਲ ਯਾਦ ਰੱਖ, ਮੌਤ ਕਬੂਲ ਕਰਨੀ ਪਵੇਗੀ। ਜੋ ਤਾਂ ਪ੍ਰੇਮ ਖੇਲਣ ਕਾ ਚਾਹੋ, ਜੇ ਪ੍ਰੇਮ ਦੀ ਖੇਡ ਖੇਡਣੀ ਹੈ, ਜੋ ਤਾਂ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ ਆਓ। ਤਲੀ ਤੇ ਸੀਸ ਕੌਣ ਧਰੇਗਾ? ਹੁਣ ਤਲੀ ਤੇ ਧਰਨ ਦਾ ਮਤਲਬ ਇਹ ਨਹੀਂ ਹੈ ਕਿ ਵੀ ਚਾਕੂ ਨਾਲ ਕਿਸੇ ਕਿਰਪਾਨ ਨਾਲ ਸੀਸ ਕੱਟਿਆ ਤੇ ਲੈ ਕੇ ਆ ਗਏ। ਨਹੀਂ, ਯਾਦ ਰੱਖ, ਮੰਨ ਲੈ। ਬੰਦਾ ਕਹਿੰਦਾ ਨਾ ਕਿ ਮੈਂ ਤੇਰੇ ਲਈ ਸਿਰ ਦੇਣ ਨੂੰ ਤਿਆਰ ਹਾਂ। ਜੋ ਕਿਸੇ ਲਈ ਕੁਰਬਾਨ ਹੋਣ ਦਾ ਜਜ਼ਬਾ ਰੱਖਦਾ ਹੈ, ਉਹ ਆਪਣੇ ਸਿਰ ਤੱਕ ਦੀ ਪਰਵਾਹ ਨਹੀਂ ਕਰਦਾ। ਹੁਣ ਅਕਸਰ ਸਿਰ ਦੇਣ ਦੀ ਹੀ ਗੱਲ ਕਿਉਂ ਆਉਂਦੀ ਹੈ? ਕੋਈ ਸਰੀਰ ਦਾ ਹੋਰ ਅੰਗ ਦੇਣ ਦੀ ਗੱਲ ਕਿਉਂ ਨਹੀਂ ਆਉਂਦੀ? ਜਦ ਵੀ ਗੁਰੂ ਦੀ ਗੱਲ ਹੁੰਦੀ ਹੈ ਤੇ ਕਿਹਾ ਜਾਂਦਾ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀਜੈ ਕਾਣ ਨਾ ਕੀਜੈ।
ਸਤਿਗੁਰ ਆਗਿਆ ਸੀਸ ਭੇਟ ਦਿਓ ਜੇ ਸਤਿਗੁਰ ਸੱਚਾ ਭਾਵੈ ਹਮ ਵੇਚਿਓ ਸਿਰ ਸਤਿਗੁਰ ਕੈ ਸਿਰ ਦੀ ਹੀ ਗੱਲ ਕਿਉਂ ਆਉਂਦੀ ਹੈ ਕਿਸੇ ਹੋਰ ਅੰਗ ਦੀ ਵੀ ਗੱਲ ਆ ਜਾਂਦੀ ਕਿਸੇ ਹੋਰ ਅੰਗ ਦੀ ਗੱਲ ਇਸ ਕਰਕੇ ਨਹੀਂ ਆਉਂਦੀ ਕਿਉਂਕਿ ਐਕਸੀਡੈਂਟ ਵੀ ਹੋਵੇ ਨਾ ਬੰਦੇ ਦਾ ਹੱਥ ਚਲਾ ਜਾਵੇ ਪੈਰ ਚਲਾ ਜਾਵੇ ਸਰੀਰ ਦਾ ਕੋਈ ਹੋਰ ਅੰਗ ਚਲਾ ਜਾਵੇ ਕਈ ਵਾਰੀ ਅੱਖਾਂ ਵੀ ਚਲੀ ਜਾਂਦੀਆਂ ਨੇ ਸਰੀਰ ਦਾ ਕੋਈ ਵੀ ਅੰਗ ਚਲਾ ਜਾਵੇ ਇੱਕ ਨਹੀਂ ਦੋ ਚਾਰ ਅੰਗ ਚਲੇ ਜਾਣ ਤਾਂ ਵੀ ਪਿੱਛੇ ਕੁਝ ਰਹਿ ਜਾਂਦਾ ਬੰਦਾ ਜਿੰਦਾ ਹੁੰਦਾ ਹੈ ਪਰ ਜੇ ਸਿਰ ਹੀ ਚਲਾ ਜਾਵੇ ਤੇ ਪਿੱਛੇ ਕੁਝ ਨਹੀਂ ਰਹਿ ਜਾਂਦਾ ਜਿਹਨੇ ਸਿਰ ਹੀ ਦੇ ਦਿੱਤਾ ਉਹਨੇ ਪਿੱਛੇ ਕੁਝ ਰੱਖ ਹੀ ਨਹੀਂ ਲਿਆ ਇੱਥੇ ਤੱਕ ਕਿ ਸਿਰ ਦੇ ਚ ਮਤ ਵੀ ਹੁੰਦੀ ਹੈ ਦਿਮਾਗ ਵੀ ਹੁੰਦਾ ਹੈ ਜਿਹਨੇ ਸਿਰ ਦੇ ਦਿੱਤਾ ਜਿਹਨੇ ਮੰਨ ਲਿਆ ਸਿਰ ਮੇਰਾ ਨਹੀਂ ਗੁਰੂ ਦਾ ਹੈ ਤੇ ਸਮਝ ਲਓ ਸਭ ਕੁਝ ਗੁਰੂ ਦਾ ਹੈ ਉਦੋਂ ਫਿਰ ਮਨ ਮਤ ਨਿਕਲ ਜਾਂਦੀ ਹੈ ਤੇ ਗੁਰਮਤ ਦਾ ਪ੍ਰਕਾਸ਼ ਹੋ ਜਾਂਦਾ ਹੈ ਗੱਲ ਸਿਰ ਦੇਣ ਦੀ ਹੈ ਤੇ ਗੱਲ ਫਿਰ ਆ ਜਾਂਦੀ ਹੈ ਹਮ ਵੇਚਿਓ ਸਿਰ ਗੁਰ ਕੈ ਮੈਂ ਆਪਣਾ ਸਿਰ ਵੇਚ ਦਿੱਤਾ ਗੁਰੂ ਨੂੰ ਹੁਣ ਵੇਚਣ ਦੀ ਗੱਲ ਕਿਉਂ ਆ ਗਈ ਇਸ ਕਰਕੇ ਆ ਗਈ ਕਿ ਕੋਈ ਵੀ ਵਸਤੂ ਤੁਸੀਂ ਜ਼ਮੀਨ ਜਾਇਦਾਦ ਜੇ ਗਿਰਵੀ ਰੱਖਦੇ ਹੋ ਗਹਿਣੇ ਰੱਖਦੇ ਹੋ ਉਹਨਾਂ ਤੇ ਹੱਕ ਬਣਿਆ ਰਹਿੰਦਾ ਹੈ ਹਕੂਕ ਬਣਿਆ ਰਹਿੰਦਾ ਹੈ ਪਰ ਜੋ ਜ਼ਮੀਨ ਜਾਇਦਾਦ ਜੋ ਗਹਿਣਾ ਤੁਸੀਂ ਵੇਚ ਦਿਓ ਵੇਚਣ ਤੋਂ ਬਾਅਦ ਵੇਚਣ ਵਾਲੇ ਦਾ ਕੋਈ ਹੱਕ ਨਹੀਂ ਰਹਿ ਜਾਂਦਾ ਜਿਹਨੇ ਖਰੀਦਿਆ ਹੈ ਉਹਦੀ ਮਰਜ਼ੀ ਉਹਨੇ ਕਿਸ ਤਰ੍ਹਾਂ ਵਰਤਣਾ ਹੈ ਬਸ ਭੇਦ ਇਹ ਹੀ ਹੈ ਜੇ ਸਿਰ ਵੇਚੇਗਾ ਨਹੀਂ ਤੇ ਫਿਰ ਉਹੀ ਗੱਲ ਹੋਵੇਗੀ ਜਿਸ ਤਰ੍ਹਾਂ ਆਉਂਦੇ ਆ ਗੁਰਦੁਆਰੇ ਦੇ ਵਿੱਚ ਸਿੱਖ ਭੇਟਾ ਗੋਲਕ ਚ ਪਾਉਂਦਾ ਵਾਪਸ ਨਹੀਂ ਚੱਕਦਾ ਰੁਮਾਲੇ ਭੇਟਾ ਕਰਦਾ ਪੁਸ਼ਾਕੇ ਭੇਟਾ ਕਰਦਾ ਵਾਪਸ ਨਹੀਂ ਚੱਕਦਾ ਸੋਨਾ ਤੱਕ ਵੀ ਆ ਕੇ ਭੇਟਾ ਕਰੇ ਵਾਪਸ ਨਹੀਂ ਚੱਕਦਾ ਪਿੰਡਾਂ ਦੇ ਵਿੱਚ ਅਸੀਂ ਵੇਖਦੇ ਹੁੰਦੇ ਸਾਂ ਵੀ ਲੋਕ ਲੰਗਰ ਲਈ ਆਟਾ ਦਾਲ ਜਾਂ ਰਸਦ ਵੀ ਲੈ ਕੇ ਆਉਂਦੇ ਨੇ ਉਹ ਵੀ ਭੇਟਾ ਕਰਕੇ ਵਾਪਸ ਨਹੀਂ ਚੱਕਦਾ ਬੰਦਾ ਪਰ ਜੋ ਸਿਰ ਚੁਕਾਉਂਦਾ ਹੈ ਨਾ ਅੰਦਰ ਜੋ ਮਤ ਹੁੰਦੀ ਹੈ ਉਹ ਸਿਰ ਤੇ ਮਤ ਇੱਕ ਛਿੰਨ ਲਈ ਹੋ ਸਕਦਾ ਟਿਕਾਉਂਦਾ ਹੋਵੇ ਉਸੇ ਵੇਲੇ ਵਾਪਸ ਚੱਕ ਲੈਂਦਾ ਹੈ ਅੱਜ ਦੇ ਸ਼ਬਦ ਦੀ ਵਿਚਾਰ ਦੇ ਚ ਮੌਤ ਦੀ ਗੱਲ ਹੈ ਤੇ ਗੁਰਮਤ ਦੀ ਗੱਲ ਹੈ ਗੁਰੂ ਦਰਬਾਰ ਤੋਂ ਜਦ ਵੀ ਤੁਸੀਂ ਗੁਰੂ ਦੀ ਮਤ ਲੈ ਕੇ ਜਾਓਗੇ ਗੁਰੂ ਦੀ ਗੱਲ ਸੁਣ ਕੇ ਜਾਓਗੇ ਨਾ ਜੀਵਨ ਦੇ ਚ ਬਹੁਤ ਕੁਝ ਪ੍ਰਾਪਤ ਕਰੋਗੇ ਇੱਕ ਦਿਨ ਨਹੀਂ ਹਮੇਸ਼ਾ ਲਈ ਪ੍ਰਾਪਤੀ ਹੋਵੇਗੀ ਗੁਰੂ ਕਿਰਪਾ ਕਰੇ ਜਿਹੜੇ ਮੱਥਾ ਟੇਕ ਰਹੇ ਹੋ ਗੁਰੂ ਕੀ ਦੇਗ ਲੈ ਰਹੇ ਹੋ ਜੋੜਾ ਕਰੇ ਚ ਜੋੜੇ ਜਮ੍ਹਾਂ ਕਰਾ ਰਹੇ ਹੋ ਕੁਝ ਸਮੇਂ ਲਈ ਟਿਕ ਜਾਓ ਸਾਹਮਣੇ ਸੰਗਤ ਵੱਧਦੀ ਜਾ ਰਹੀ ਹੈ ਚੰਗਾ ਲੱਗ ਰਿਹਾ ਹੈ ਮਨ ਨੂੰ ਆਵਾਜ਼ ਮਾਰੋ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਤੇ ਇੱਕ ਵਾਰੀ ਗੱਜ ਕੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰੀ ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ ਬਸੰਤ ਮਹਲਾ ਚੌਥਾ ਬਸੰਤ ਰਾਗ ਦੇ ਵਿੱਚ ਮਹਲਾ ਚੌਥਾ ਗੁਰੂ ਰਾਮਦਾਸ ਸਾਹਿਬ ਜੀ ਦਾ ਹੁਕਮ ਸਾਹਿਬ ਕਹਿੰਦੇ ਰੈਣ ਦਿਨਸ ਦੋਏ ਸੱਦੇ ਪਏ ਰੈਣ ਤੇ ਦਿਨਸ ਰੈਣ ਰਾਤ ਦਿਨਸ ਦਿਨ ਕਹਿੰਦੇ ਰਾਤ ਦਿਨ ਮੌਤ ਦੇ ਸੱਦੇ ਆ ਰਹੇ ਨੇ ਤੁਸੀਂ ਵੇਖਦੇ ਹੋ ਮੌਤ ਇਹ ਥੋੜਾ ਪੁੱਛਦੀ ਹੈ ਕਿ ਦਿਨ ਹੈ ਜਾਂ ਰਾਤ ਹੈ ਕਿਹੜਾ ਸਮਾਂ ਹੈ ਸਵੇਰ ਹੈ ਜਾਂ ਸ਼ਾਮ ਹੈ ਉਹਨੇ ਤੇ ਜਦ ਆਉਣਾ ਹੈ ਨਾ ਉਹ ਰਾਤ ਦਿਨ ਨਹੀਂ ਵੇਖਦੀ ਕਹਿੰਦੇ ਰਾਤ ਨੂੰ ਵੀ ਸੱਦੇ ਪੈ ਰਹੇ ਨੇ ਘਰ ਘਰ ਇਹੋ ਪਾਉ ਚਾ ਸਦੜੇ ਨਿਤ ਪਵਨ ਨਿਤ ਹੀ ਸੱਦੇ ਪੈ ਰਹੇ ਨੇ ਨਿਤ ਹੀ ਮੌਤ ਦੇ ਸੰਦੇਸ਼ੇ ਆ ਰਹੇ ਨੇ ਤੇ ਸਾਹਿਬ ਕਹਿੰਦੇ ਇਸ ਮੌਤ ਤੋਂ ਕੋਈ ਬਚ ਨਹੀਂ ਸਕਦਾ ਤੇ ਫਿਰ ਕਰਨਾ ਕੀ ਚਾਹੀਦਾ ਹੈ ਸਾਹਿਬ ਕਹਿੰਦੇ ਮਨ ਹਰ ਸਿਮਰ ਹੋ ਅੰਤ ਸਦਾ ਰੱਖ ਲਏ ਉਹਦਾ ਸਿਮਰਨ ਕਰੋ ਉਹਨੂੰ ਚੇਤੇ ਕਰੋ ਜੋ ਅਖੀਰ ਵੇਲੇ ਤੁਹਾਨੂੰ ਬਚਾ ਲਏਗਾ ਤੁਹਾਨੂੰ ਆਪਣੇ ਕੋਲ ਰੱਖ ਲਏਗਾ
ਉਹ ਕੌਣ ਹੈ? ਉਹ ਜੋ ਮੌਤ ਦਾ ਵੀ ਮਾਲਕ ਹੈ, ਉਹ ਜਨਮ ਜੀਵਨ ਮੌਤ ਤਿੰਨਾਂ ਦਾ ਮਾਲਕ ਹੈ। ਤੁਧ ਆਪੇ ਕਾਰਨ ਆਪੇ ਕਰਨਾ, ਹੁਕਮੇ ਜੰਮਣ ਹੁਕਮੇ ਮਰਨਾ। ਤੇ ਜਿਹੜੇ ਉਸ ਨਾਲ ਸਾਂਝ ਪਾ ਲੈਂਦੇ ਨੇ ਨਾ, ਉਹਨਾਂ ਦੇ ਅੰਦਰੋਂ ਮੌਤ ਦਾ ਡਰ ਮੁੱਕ ਜਾਂਦਾ ਹੈ। ਜਿਸਦਾ ਸਾਹਿਬ ਡਾਢਾ ਹੋਏ ਤਿਸਨੋਂ ਮਾਰ ਨਾ ਸਾਕਾ ਕੋਏ, ਉਹਨਾਂ ਦਾ ਮੌਤ ਦਾ ਭਾਉ ਮਿੱਟ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਨੂੰ ਕੋਈ ਮਾਰ ਹੀ ਨਹੀਂ ਸਕਦਾ, ਸਾਨੂੰ ਕੋਈ ਮਾਰ ਹੀ ਨਹੀਂ ਸਕਦਾ ਤੇ ਕੋਈ ਮਾਰ ਵੀ ਨਹੀਂ ਸਕਿਆ। ਕੀ ਸਮਝਦੇ ਹਾਂ ਅਸੀਂ ਕਿ ਸਾਹਿਬਜ਼ਾਦਿਆਂ ਨੂੰ ਔਰੰਗਜ਼ੇਬ ਜਾਂ ਉਹਦੀ ਫੌਜ ਨੇ ਮਾਰ ਦਿੱਤਾ? ਨਹੀਂ, ਔਰੰਗਜ਼ੇਬ ਆਪ ਮਰ ਗਿਆ, ਉਹਦੀ ਹਸਤੀ ਮਿੱਟ ਗਈ, ਪਰ ਸਾਹਿਬਜ਼ਾਦਿਆਂ ਦੀ ਹਸਤੀ ਫਤਿਹਗੜ੍ਹ ਸਾਹਿਬ ਦੇ ਰੂਪ ਵਿੱਚ ਹਮੇਸ਼ਾ ਲਈ ਕਾਇਮ ਹੋ ਗਈ ਤੇ ਫਤਿਹ ਦਾ ਨਿਸ਼ਾਨ ਬਣ ਗਈ। ਦਾਸ ਨੇ ਬੇਨਤੀ ਕੀਤੀ ਸੀ ਕਿ ਇਹ ਜਿਹੜੇ ਸਾਹਿਬਜ਼ਾਦਿਆਂ ਦੇ ਨਾਮ ਵੀ ਨੇ ਨਾ, ਇਹ ਨਾਮ ਕੇਵਲ ਨਾਮ ਨਹੀਂ ਹਨ, ਇਹਨਾਂ ਦਾ ਬੜਾ ਡੂੰਘਾ ਅਰਥ ਹੈ। ਜਿਸ ਤਰ੍ਹਾਂ ਵਾਹਿਗੁਰੂ ਜੀ ਦੇ ਨਾਮ ਦਾ ਬੜਾ ਡੂੰਘਾ ਅਰਥ ਹੁੰਦਾ ਹੈ ਨਾ, ਹਰ ਨਾਮ ਗੁਣਵਾਚਕ ਹੈ। ਜੇ ਉਹਨੂੰ ਰਾਮ ਕਿਹਾ ਜਾਂਦਾ ਸ੍ਰਿਸ਼ਟੀ 'ਚ ਰਮਿਆ ਹੋਇਆ ਤਾਂ ਕਿਹਾ ਜਾ ਰਿਹਾ ਹੈ, ਜੇ ਉਹਨੂੰ ਰਹੀਮ ਕਿਹਾ ਜਾਂਦਾ ਹੈ ਉਹ ਸਾਰਿਆਂ ਉੱਤੇ ਰਹਿਮ ਕਰਦਾ ਤਾਂ ਉਹਨੂੰ ਰਹੀਮ ਕਿਹਾ ਜਾ ਰਿਹਾ ਹੈ। ਬਿਲਕੁਲ ਇਉਂ ਜੇ ਉਹਨੂੰ ਵਾਹਿਗੁਰੂ ਕਿਹਾ ਜਾ ਰਿਹਾ ਹੈ ਤੇ ਉਹਦੀ ਬਰਕਤ, ਉਹਦੀ ਸ਼ਕਤੀ, ਉਹਦੀ ਕੁਦਰਤ ਨੂੰ ਵੇਖ ਕੇ ਵਾਹ ਨਿਕਲ ਜਾਂਦੀ, ਵਾਹ ਗੁਰੂ, ਉਹਨੂੰ ਵਾਹਿਗੁਰੂ ਕਿਹਾ ਜਾਂਦਾ ਹੈ। ਹਰ ਨਾਮ ਦਾ ਡੂੰਘਾ ਅਰਥ ਹੈ। ਇਸ ਤਰ੍ਹਾਂ ਚਾਰ ਸਾਹਿਬਜ਼ਾਦੇ ਦੇ ਨਾਮ ਵੀ ਕੇਵਲ ਨਾਮ ਨਹੀਂ ਹਨ। ਬਾਬਾ ਅਜੀਤ ਸਿੰਘ ਦਾ ਨਾਮ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਰੱਖਿਆ ਸੀ ਨਾ, ਪੰਗਾਣੀ ਦਾ ਯੁੱਧ ਜਿੱਤ ਕੇ ਆਏ ਸਨ ਤੇ ਜਿੱਤ ਮਿਲੀ ਸੀ ਤੇ ਇੱਧਰ ਸਾਹਿਬਜ਼ਾਦੇ ਦਾ ਜਨਮ ਹੋਇਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਰੱਖਿਆ ਅਜੀਤ ਸਿੰਘ, ਅਜੀਤ ਜਿਹਨੂੰ ਕੋਈ ਜਿੱਤ ਨਾ ਸਕੇ। ਤੇ ਬਾਬਾ ਅਜੀਤ ਸਿੰਘ ਵਿੱਚ ਜਿੱਤ ਦਾ ਐਸਾ ਜਜ਼ਬਾ ਸੀ ਜੋ ਵੇਖ ਕੇ ਹੈਰਾਨੀ ਹੁੰਦੀ ਸੀ। 10 ਲੱਖ ਫੌਜ ਹੋਵੇ ਸਾਹਮਣੇ, ਸਿੰਘ 5-5 ਨਿਤਰ ਰਹੇ ਨੇ, ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ ਤੇ ਸਾਹਿਬਜ਼ਾਦਾ ਜੀ ਦੌੜ ਕੇ ਆਉਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਹਿੰਦੇ ਨੇ, ਸਤਿਗੁਰੂ ਬੀਰ ਆਸਨ ਲਾਇਆ। ਬਾਬਾ ਅਜੀਤ ਸਿੰਘ ਨੇ ਹੱਥ ਜੁੜ ਗਏ, ਗੁਰੂ ਪਿਤਾ ਜੀ ਮੈਨੂੰ ਵੀ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਦਿਓ, ਮੈਂ ਇਹਨਾਂ ਜ਼ਾਲਮਾਂ ਦੇ ਆਹੁਲਾ ਦੇਣਾ ਚਾਹੁੰਦਾ। ਪਤਾ ਹੈ ਲੱਖਾਂ ਦੀ ਤਾਦਾਦ ਹੈ ਤੇ ਜੰਗ ਦੇ ਮੈਦਾਨ ਵਿੱਚ ਉਤਰਾਂਗਾ ਤੇ ਮੌਤ ਨੂੰ ਗਲੇ ਲਾਉਣਾ ਹੈ, ਪਰ ਮੌਤ ਨੂੰ ਤੋਂ ਕੋਈ ਡਰਾਵਾ ਥੋੜਾ, ਮੌਤ ਤੋਂ ਕੋਈ ਡਰ ਥੋੜਾ, ਮੌਤ ਦੇ ਵਿੱਚੋਂ ਤੇ ਜਨਮ ਹੋਇਆ ਹੈ। ਖਾਲਸੇ ਦਾ ਜਨਮ ਮੌਤ ਦੇ ਵਿੱਚੋਂ ਹੋਇਆ, ਖੰਡੇ ਦੀ ਧਾਰ ਵਿੱਚੋਂ ਹੋਇਆ ਹੈ। ਇਹੀ ਕਾਰਨ ਹੈ ਕਿ ਸੰਸਾਰ ਦੇ ਵਿੱਚ ਹਰ ਇੱਕ ਮਨੁੱਖ ਜਨਮ ਲੈਂਦਾ ਹੈ ਤੇ ਜਦ ਮਰਦਾ ਹੈ ਉਹਦੀ ਤਸਵੀਰ ਉੱਤੇ ਦੋ ਤਰੀਕਾਂ ਲਿਖੀਆਂ ਜਾਂਦੀਆਂ ਨੇ, ਇੱਕ ਜਨਮ ਦੀ, ਇੱਕ ਮੌਤ ਦੀ। ਪਰ ਯਾਦ ਰੱਖਣਾ, ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਦਾ ਪੁੱਤਰ ਖਾਲਸਾ, ਖਾਲਸੇ ਦੇ ਜਨਮ ਦੀ ਤੇ ਤਰੀਕ ਹੈ ਸਨ 1699 ਦੀ ਵਿਸਾਖੀ, ਪਰ ਰਹਿੰਦੀ ਦੁਨੀਆ ਤੱਕ ਨਾ ਇਹਦੇ ਮੌਤ ਦੀ ਕੋਈ ਤਰੀਕ ਆਉਣੀ ਹੈ ਨਾ ਆਈ ਹੈ। ਸਦੀਆਂ ਬੀਤ ਗਈਆਂ ਨੇ, ਬੜਾ ਮਿਟਾਉਣ ਦਾ ਯਤਨ ਕੀਤਾ ਖਾਲਸੇ ਨੂੰ, ਪਰ ਨਾ ਮੌਤ ਦੀ ਤਰੀਕ ਆਉਣੀ ਹੈ ਨਾ ਰਹਿੰਦੀ ਦੁਨੀਆ ਤੱਕ ਆਏਗੀ, ਕਿਉਂਕਿ ਮੌਤ ਵਿੱਚੋਂ ਤੇ ਜਨਮ ਹੋਇਆ ਹੈ, ਮੌਤ ਤੇ ਡਰਾ ਹੀ ਨਹੀਂ ਸਕਦੀ। ਬਾਬਾ ਅਜੀਤ ਸਿੰਘ ਨੇ ਜਦ ਕਿਹਾ ਨਾ ਕਿ ਮੈਨੂੰ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਦਿਓ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਸੀ, ਅਜੀਤ ਸਿੰਘ ਜਿੱਦਣ ਪੰਗਾਣੀ ਦਾ ਯੁੱਧ ਜਿੱਤ ਕੇ ਆਏ ਸਾਂ ਉਹ ਦਿਨ ਤੇਰਾ ਜਨਮ ਹੋਇਆ ਸੀ ਤੇ ਤੇਰਾ ਨਾਮ ਰੱਖਿਆ ਸੀ ਅਜੀਤ ਸਿੰਘ ਜਿਹਨੂੰ ਕੋਈ ਜਿੱਤ ਨਾ ਸਕੇ। ਵੇਖ ਜੰਗ ਦੇ ਮੈਦਾਨ ਵਿੱਚ ਜਾ ਰਿਹਾ ਹੈ, ਤੇਰੀ ਛਾਤੀ ਉੱਤੇ ਤੇ ਜਿਤਨੇ ਮਰਜ਼ੀ ਵਾਰ ਹੋਣ ਪਰ ਤੇਰੀ ਪਿੱਠ ਉੱਤੇ ਇੱਕ ਵੀ ਵਾਰ ਨਹੀਂ ਹੋਣਾ ਚਾਹੀਦਾ। ਕਿਤੇ ਕੋਈ ਇਹ ਨਾ ਕਹਿ ਦੇਵੇ ਕਿ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਪਿੱਠ ਵਿਖਾ ਕੇ ਦੌੜ ਰਿਹਾ ਸੀ। ਉਹ ਜਿੱਤ ਦਾ ਜਜ਼ਬਾ ਕੈਸਾ ਹੈ? ਬਾਬਾ ਅਜੀਤ ਸਿੰਘ ਕਹਿੰਦੇ, ਗੁਰੂ ਪਿਤਾ ਜੀ ਤੁਸੀਂ ਮੈਨੂੰ ਨਾਮ ਅਜੀਤ ਸਿੰਘ ਦਿੱਤਾ ਹੈ, ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ। ਤੁਸੀਂ ਮੈਨੂੰ ਨਾਮ ਅਜੀਤ ਸਿੰਘ ਦਿੱਤਾ ਹੈ, ਮੈਂ ਕਿਸੇ ਤੋਂ ਜਿੱਤਿਆ ਨਾ ਜਾਵਾਂਗਾ। ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ। ਜੀਤਾ ਤੋ ਖੈਰ,
जे मैं जित गया तां ठीक है, हार के जीता ना आऊंगा, हार के जिंदा वापस नहीं आवांगा, सनमुख लड़ के शहीदियां प्राप्त करांगा। जिहड़ा सनमुख लड़ के जंग दे मैदान च शहीदी प्राप्त कर लवे उहनूं कोई जित नहीं सकदा। ओ मैदान जित लैंदा है, उत्ते कौमां दी जिंदगी बन जांदा है। दास अर्ज करिया सी अजीत सिंह नाम दा कोई अर्थ है, अजीत सिंह जिहनूं कोई जित ना सके, जिहदे अंदर जितण दा प्रबल जज्बा है। ते जितेगा कौन? जो जुझारू होवेगा, जिहदे अंदर जूझण दा जज्बा है, ते फिर जुझार सिंह भी चाहीदा है। जुझार सिंह दे नाम दा डूंघा अर्थ है जूझण वाला। ते जूझेगा कौन? जो जोरावर होवेगा, जो बलवान होवेगा, जिहदे च ताकत है। खिमा करना, जो जवान नशियां च गलतान होवे, जो अपनी जिंदगी नशियां दे हवाले कर चुकिया होवे, वह कित्थे जूझ सकेगा? जूझेगा ओ जिहदे अंदर बाणी दी बरकत है, जिहदे अंदर गुरु उपदेशां दी पावर है, वह बलवान होवेगा, जोरावर होवेगा, तां ही जूझेगा ते जित प्राप्त करेगा। ते जोरावर भी चाहीदा है, जोरावर सिंह। ते जिथे तीन गुण इकट्ठे हो जाण ना, अजित रहण दा जज्बा, जूझण दा जज्बा होवे ते जोरावर भी होवे, उत्थे जित निश्चित हो जाती है, उत्थे फतेह जरूर प्राप्त होंदी है। ते फिर फतेह सिंह भी आ जाता है, ते फिर ओ फतेह प्राप्त करदे ने कि फतेहगढ़ साहब दे रूप विच हमेशा लई अपनी जित कायम कर लैंदे ने। इसे करके कहा ना, वाहिगुरु जी का खालसा वाहिगुरु जी की फतेह। ये भी बड़ा गुण है कि फतेह भी अपनी नहीं कहते, फतेह वाहिगुरु जी की है। भई जीत मेरी कृपा काल केरी, अकाल पुरख वाहिगुरु जी की कृपा है। ये तुसी युद्ध नीति ही वेखो, क्योंकि प्रकाश पुरब गया गुरु गोबिंद सिंह साहब जी का, कुछ गल्लां जिहड़ियां ने साडे तों रह जांदियां ने, असी उही इतिहास हर बारी रिपीट करदे हां, ते करना भी चाहीदा है। इतिहास नूं हमेशा ही सुनना ते पढ़ना अत जरूरी है, पर कुछ गल्लां साडे तों रह जांदियां ने। युद्ध नीति गुरु गोबिंद सिंह साहब सतगुरु जी दी वेख के हैरान हो जांदा हां। कदी ध्यान दित्ता तुसी? 14 तों वध जंगां लड़ियां ने गुरु गोबिंद सिंह साहब जी दियां। उन्हां 14 जंगां नूं कई विद्वानां ने लिखिया है, पर गुरु गोबिंद सिंह साहब जी दी युद्ध नीति किहो जी सी कि 14 जंगां विच गुरु गोबिंद सिंह साहब जी ने आप पहला हमला नहीं किया, किसी उत्ते सामने तो हमला होया है ते सतगुरु जी ने मुकाबला करके जंग नूं जितया है। पहला गुण ए, ते दूजी नीति ए सी कि गुरु गोबिंद सिंह साहब जी ने कदी भी किसी दुश्मन नूं बंदी नहीं बनाया है। ते तीजा गुण यह सी कि भावें जंग जित लई, जित के भी किसी नूं बंदी ते नहीं बनाया, पर किसी नूं धर्म जबरदस्ती तब्दील करन ते भी मजबूर नहीं किया है। किसी का धर्म नहीं बदलिया, सगों धर्म बचाउण लई पिता वारिया पुत्तर वारे। क्या दशमेश पिता तेरी बात कहूं, जो तूने पर उपकार किए, एक खालस खालसा पंथ सजा, जातों के भेद निकाल दिए, उस तेग के बेटे ने तेग पकड़, दुखियों के काट जंजाल दिए, उस मुल्को वतन की खिदमत में, कहीं बाप दिया कहीं लाल दिए, कहीं बाप दिया कहीं लाल दिए। धर्म बचाउण ले, हिंदू धर्म की रखिया लई सगों बलिदान दिते ने, सरबंस वारिया है, पर किसी का धर्म जबरदस्ती तब्दील नहीं किया। युद्ध नीति देखो, पहला गुण आप हमला नहीं किया है, दूजा गुण हमला करन तो बाद जद मुकाबला किया है ते जंग जित लई है, जित के भी किसी नूं बंदी नहीं बनाया है। ते तीजा गुण जिहड़े हार गए ने उन्हां विच्चों भी किसी नूं धर्म बदलन लई जबरदस्ती या मजबूर नहीं किया है। ते चौथी गल, भावें दुश्मन की बहु बेटी होवे,
ਕਿਸੇ ਦੇ ਉੱਤੇ ਵੀ ਕੋਈ ਜ਼ਬਰਦਸਤੀ ਨਹੀਂ ਕੀਤੀ ਗਈ, ਕਿਸੇ ਦੀ ਬੇਪਤੀ ਨਹੀਂ ਕੀਤੀ ਗਈ। ਨਹੀਂ ਤਾਂ ਜੰਗ ਹੁੰਦੀ ਹੈ, ਜੰਗਾਂ ਯੁੱਧਾਂ ਦੇ ਵਿੱਚ ਦੁਸ਼ਮਣ ਜੋ ਹੈ ਉਹ ਸਾਹਮਣੇ ਵਾਲਿਆਂ ਦੇ ਘਰ ਸਾੜ ਦਿੰਦਾ ਹੈ, ਫਸਲਾਂ ਤਬਾਹ ਕਰ ਦਿੰਦਾ ਹੈ, ਬਹੁ ਬੇਟੀਆਂ ਦੀ ਇੱਜ਼ਤ ਰੋਲ ਦਿੰਦਾ। ਜਿਤਨੀ ਜੰਗਾਂ ਵੇਖ ਲਓ ਤੁਸੀਂ, ਐਸਾ ਹੀ ਹੁੰਦਾ ਰਿਹਾ ਹੈ। ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਇਹੋ ਜਿਹੇ ਸੂਰਮੇ ਸਨ ਜਿਨ੍ਹਾਂ ਦੇ ਯੁੱਧ ਦੇ ਵੀ ਕੁਛ ਨਿਯਮ ਸਨ ਕਿ ਸਿੰਘਾਂ ਨੇ ਵੀ ਕਦੀ ਐਸਾ ਨਹੀਂ ਕੀਤਾ। ਨਦੌਣ ਦੀ ਜੰਗ ਵੇਲੇ ਦਾ ਇੱਕ ਜ਼ਿਕਰ ਹੈ, ਕਹਿੰਦੇ ਕਿ ਇੱਕ ਤੁਰਕਾਂ ਦੀ ਕੋਈ ਬੇਟੀ ਸਿੰਘਾਂ ਨੇ ਵੇਖ ਲਈ ਜੰਗ ਦੇ ਮੈਦਾਨ ਵਿੱਚ, ਤੇ ਸਤਿਗੁਰੂ ਜੀ ਦੇ ਸਾਹਮਣੇ ਇੱਕ ਸਵਾਲ ਕਰ ਦਿੱਤਾ ਸੀ। ਸਤਿਗੁਰੂ ਜੀ ਸਗਲ ਤੁਰਕ ਭੁਗਮੈ ਹਿੰਦਵਾਣੀ, ਵੀ ਵੇਖਦਿਆਂ ਤੁਰਕ ਜਿਹੜੇ ਨੇ ਇਹ ਤੇ ਲਿਹਾਜ਼ ਹੀ ਨਹੀਂ ਕਰਦੇ, ਜਦ ਵੀ ਇਹ ਹਮਲਾ ਕਰਦੇ ਨੇ ਹਿੰਦੂ ਬਹੁ ਬੇਟੀਆਂ ਦੀ ਇੱਜ਼ਤ ਪੱਤ ਉੱਤੇ ਹੱਥ ਪਾ ਦਿੰਦੇ ਨੇ, ਤੇ ਜੇ ਕਿਤੇ ਇਹ ਕੁਝ ਕਰਦੇ ਨੇ ਤੇ ਅਸੀਂ ਕਿਉਂ ਨਹੀਂ ਬਦਲਾ ਲੈ ਸਕਦੇ, ਅਸੀਂ ਵੀ ਇਹ ਕਰ ਸਕਦੇ ਹਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ, ਸਿੰਘੋ ਨਹੀਂ, ਹਮ ਲਹਿ ਜਾਨੋ ਪੰਥ ਉਚੇਰੇ, ਮੈਂ ਆਪਣੇ ਪੰਥ ਨੂੰ ਇਹਨਾਂ ਖੰਦਕਾਂ ਟੋਏ ਟਿੱਬਿਆਂ 'ਚ ਡਿੱਗਣ ਨਹੀਂ ਦੇਣਾ। ਸਿੰਘ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਕਾਮ ਦੀ ਅਗਨ ਨੂੰ ਬੁਝਾ ਕੇ ਰੱਖਣਾ ਹੈ। ਤੇ ਸਤਿਗੁਰੂ ਜੀ ਨੇ ਉਸ ਬੱਚੀ ਨੂੰ ਤੀਰ ਸਿਰ ਉੱਤੇ ਰੱਖ ਕੇ ਤੇ ਅਸੀਸ ਦੇ ਕੇ ਕਿਹਾ ਸੀ ਕਿ ਬੱਚੀ ਨਾ ਘਬਰਾ, ਤੂੰ ਆਪਣੇ ਬਾਬਲ ਦੇ ਘਰ ਹੀ ਹੈ, ਤੈਨੂੰ ਉੱਥੇ ਸਤਿਕਾਰ ਨਾਲ ਪਹੁੰਚਾ ਦਿੱਤਾ ਜਾਵੇਗਾ ਤੇਰੇ ਮਾਂ ਬਾਪ ਕੋਲ। ਤੇ ਵਾਕਿਚ ਮਾਂ ਬਾਪ ਕੋਲ ਵਾਪਸ ਪਹੁੰਚਾਇਆ ਗਿਆ ਸੀ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਦੇ ਜੰਗ ਦੇ ਮੈਦਾਨ ਦੀ ਨੀਤੀ ਕਿਆ ਕਮਾਲ ਹੈ ਕਿ ਭਾਈ ਕਨਈਆ ਜੰਗ ਦੇ ਮੈਦਾਨ ਵਿੱਚ ਜੋ ਦੁਸ਼ਮਣ ਵੀ ਘਾਇਲ ਹੋ ਕੇ ਥੱਲੇ ਡਿੱਗਦਾ ਹੈ ਤੇ ਉਹਨੂੰ ਵੀ ਬਰਾਬਰ ਪਾਣੀ ਪਿਵਾ ਰਹੇ ਨੇ। ਸਤਿਗੁਰੂ ਜੀ ਦੇ ਸਾਹਮਣੇ ਜਦ ਸ਼ਿਕਾਇਤ ਹੁੰਦੀ ਹੈ ਖਾਲਸਾ ਫੌਜ ਦਾ ਸੈਨਾਪਤੀ ਫੌਜ ਦਾ ਆਪਣੇ ਸ਼ਸਤਰ ਉਤਾਰ ਕੇ ਸਾਹਮਣੇ ਰੱਖ ਦਿੰਦਾ ਤੇ ਕਹਿੰਦਾ, ਸਤਿਗੁਰੂ ਜੀ ਅਸੀਂ ਕਿਸ ਤਰ੍ਹਾਂ ਜਿੱਤ ਸਕਦੇ ਹਾਂ ਜੇ ਸਾਡੇ 'ਚ ਗੱਦਾਰ ਮੌਜੂਦ ਨੇ। ਸਤਿਗੁਰੂ ਜੀ ਕਹਿੰਦੇ, ਹੋਸ਼ ਸੰਭਾਲ ਸਿੰਘਾ, ਮੇਰੇ ਸਿੰਘ ਤੇ ਗੱਦਾਰ ਕੀ ਕਹਿ ਰਿਹਾ? ਕਹਿੰਦੇ, ਸਤਿਗੁਰੂ ਮੈਂ ਆਪ ਆਪਣੀ ਅੱਖਾਂ ਨਾਲ ਵੇਖਿਆ ਹੈ, ਮਾਰ ਸ਼ਸਤਰ ਖਾਲਸਾ, ਦੁਸ਼ਮਣ ਜੋ ਧਰਤੇ ਢਾਉਂਦਾ ਗਹਿਰਾ ਪਿਲਾ ਪਾਣੀ ਫਿਰ ਹੈਰਾਨੇ 'ਚ ਡਾਹੁੰਦਾ। ਕਹਿੰਦੇ, ਖਾਲਸਾ ਬੜੇ ਯਤਨ ਦੇ ਨਾਲ ਸ਼ਸਤਰਾਂ ਦਾ ਵਾਰ ਕਰਕੇ ਤੇ ਦੁਸ਼ਮਣ ਨੂੰ ਥੱਲੇ ਸੁੱਟਦਾ ਹੈ ਜੰਗ ਦੇ ਮੈਦਾਨ ਵਿੱਚ, ਤੇ ਉਹ ਗੈਰ ਲੋਕਾਂ ਨੂੰ ਸਾਡਾ ਕਨਈਆ ਪਾਣੀ ਪਵਾ ਕੇ ਤੇ ਫਿਰ ਤਰੋ ਤਾਜ਼ਾ ਕਰਕੇ ਲੜਨ ਲਈ ਸਾਹਮਣੇ ਖੜਾ ਕਰ ਦਿੰਦਾ। ਸਾਹਿਬ ਮੁਸਕਰਾ ਪਏ ਕਿਉਂਕਿ ਅਵਸਥਾ ਪਤਾ ਸੀ ਭਾਈ ਕਨਈਆ ਜੀ ਦੀ, ਪਰ ਜਥੇਦਾਰ ਨੂੰ ਸਮਝਾਉਣਾ ਸੀ ਤੇ ਬੁਲਾ ਲਿਆ ਤੇ ਕਿਹਾ, ਸਿੰਘਾ ਫੌਜਦਾਰ ਕਹਿੰਦਾ ਹੈ ਕਿ ਤੂੰ ਗੈਰਾਂ ਨੂੰ ਪਾਣੀ ਪਿਵਾਉਂਦਾ। ਹੱਥ ਜੁੜ ਗਏ। ਅਵਸਥਾ ਉਹ ਸੀ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਹੱਥ ਜੁੜ ਗਏ ਮੇਰੇ ਸਤਿਗੁਰੂ, ਮੈਂ ਪਿਲਾਵਾਂ ਗੈਰ ਨੂੰ ਪਾਣੀ, ਹੈ ਭੁੱਲਾ ਜਿਸ ਇਹ ਕਿਹਾ, ਕਿਉਂ ਨਾ ਹਰ ਮੁੱਖ ਚੁਆਵਾਂ ਤੂੰ ਹੀ ਤੂੰ ਜਦ ਦਿਸ ਰਿਹਾ, ਕਿਉਂ ਨਾ ਹਰ ਮੁੱਖ ਚੁਆਵਾਂ ਤੂੰ ਹੀ ਤੂੰ ਜਦ ਦਿਸ ਰਿਹਾ, ਮੈਨੂੰ ਤੇ ਹਰ ਜਗ੍ਹਾ ਤੂੰ ਹੀ ਨਜ਼ਰ ਆਉਂਦਾ ਹੈ, ਤੇਰੇ ਤੋਂ ਇਲਾਵਾ ਕੋਈ ਨਜ਼ਰ ਹੀ ਨਹੀਂ ਆਉਂਦਾ। ਜਦ ਤੋਂ ਮੇਰੇ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਮੇਰੇ ਸਾਹਮਣੇ ਆਈ ਹੈ, ਉਹ ਸਰੂਪ ਮੇਰੇ ਅੰਦਰ ਟਿਕ ਗਿਆ ਹੈ, ਪੱਥਰ ਤੇ ਪਰਬਤ ਸੋਹਣੇ, ਨਦੀਆਂ ਜੋ ਨਿਰਮਲ ਨੀਰ ਹੈ, ਮੈਂ ਨੀਜ ਲਾ ਕੇ ਦੇਖਿਆ ਹਰ ਥਾਂ ਤੇਰੀ ਤਸਵੀਰ ਹੈ, ਮੈਂ ਨੀਜ ਲਾ ਕੇ ਦੇਖਿਆ ਹਰ ਥਾਂ ਤੇਰੀ ਤਸਵੀਰ ਹੈ, ਤੇਰੇ ਤੋਂ ਇਲਾਵਾ ਮੈਨੂੰ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਇਹੀ ਗੱਲ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਵੀ ਕਹੀ ਸੀ। ਖੈਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਕਨਈਆ ਜੀ ਨੂੰ ਕਹਿ ਦਿੱਤਾ ਸੀ ਕਿ ਸੱਜਣਾ ਤੂੰ ਅੱਜ ਤੋਂ ਪਾਣੀ ਹੀ ਨਾ ਪਿਵਾ, ਮੱਲਮ ਪੱਟੀ ਵੀ ਕਰੀ ਜਾ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ
ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਨੂੰ ਇਹ ਬਚਨ ਕਹਿ ਦਿੱਤੇ ਸਨ, ਦੀਨੋ ਦੁਨੀਆ ਦਰ ਕਮੰਦੇ ਆਪਰੀ ਰੁੱਖ ਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕਤਾਰ ਮੋਏ ਯਾਰੇ ਮਾਂ। ਕਹਿੰਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ, ਮੈਂ ਦੋ ਆਲਮ ਦੀਨ ਤੇ ਦੁਨੀਆ ਤੇਰੇ ਵਿੱਚੋਂ ਵੇਖਦਾ, ਤੇਰੇ ਦੀਦਾਰ ਵਿੱਚੋਂ ਮੈਨੂੰ ਸਭ ਕੁਝ ਨਜ਼ਰ ਆ ਜਾਂਦਾ, ਤੇ ਤੇਰੇ ਦੀਦਾਰ ਨਾ ਕਰਾਂ ਤੇ ਮੇਰੇ ਲਈ ਕੁਝ ਵੀ ਨਹੀਂ ਹੈ। ਤੇ ਕਹਿ ਦਿੱਤਾ ਹਰ ਦੋ ਆਲਮ ਕੀਮਤੇ ਯਕਤਾਰ ਮੋਏ ਯਾਰੇ ਮਾਂ। ਕਹਿੰਦੇ ਤੇਰੇ ਕੇਸਾਂ ਦੀ ਲੱਟ ਨਾਲ ਮੈਨੂੰ ਦੀਨ ਤੇ ਦੁਨੀਆ ਬੱਝੇ ਹੋਏ ਨਜ਼ਰ ਆਉਂਦੇ ਨੇ, ਤੇ ਤੇਰੇ ਪਵਿੱਤਰ ਕੇਸਾਂ ਦੀ ਇੱਕ ਤਾਰ ਦੇ ਬਦਲੇ ਦੋਨੋਂ ਜਹਾਨ ਕੁਰਬਾਨ ਕੀਤੇ ਜਾ ਸਕਦੇ ਨੇ, ਇੰਨੇ ਕੀਮਤੀ ਨੇ ਤੇਰੇ ਕੇਸਾਂ ਦੀ ਇੱਕ ਤਾਰ ਵੀ। ਇਹ ਅੰਦਰ ਦਾ ਜਜ਼ਬਾ ਦੇਖੋ ਕੈਸਾ ਹੈ। ਤੇ ਫਿਰ ਸਾਂਝ ਦੇਖੋ, ਕਹਿੰਦੇ ਯਾਰੇ ਮਾਂ, ਯਾਰ ਕਹਿਣਾ, ਯਾਰ ਬੜੀ ਵੱਡੀ ਸਾਂਝ ਦੀ ਗੱਲ ਹੁੰਦੀ ਹੈ। ਜਿੱਥੇ ਆਵਾਜ਼ ਮਾਰੀ ਨਾ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੋਂ ਬੇਨੰਤੀਆਂ, ਤੇ ਸਮੋਹਨ ਲਾਲ ਪਿਆਰੇ ਹਾਂ ਫਿਰੋਂ ਖੋਜੰਤੀਆਂ। ਯਾਰ ਜਿੱਥੇ ਕਹਿ ਦਿੱਤਾ ਨਾ, ਉੱਥੇ ਕਹਿ ਲਓ ਅੰਦਰ ਦੀ ਸਾਂਝ ਪੈ ਗਈ। ਤਾਂ ਹੀ ਅਦੀਬਾ ਨੇ ਕਹਿ ਦਿੱਤਾ ਦਿਲ ਕੇ ਆਈ ਨੇ ਮੈਂ ਛੁਪਾ ਰੱਖੀ ਹੈ ਤਸਵੀਰੇ ਯਾਰ, ਜਬ ਜਰਾ ਗਰਦਨ ਝੁਕਾਈ ਦੇਖ ਲਈ। ਬੰਦਾ ਹਰ ਇੱਕ ਨੂੰ ਯਾਰ ਨਹੀਂ ਕਹਿ ਦਿੰਦਾ, ਤੇ ਜੇ ਕਹਿਣਾ ਵੀ ਚਾਹੋ ਨਾ ਝੂਠੀ ਮੂਠੀ, ਤੇ ਅੰਦਰੋਂ ਨਿਕਲੇਗਾ ਨਹੀਂ ਯਾਰ ਸ਼ਬਦ। ਜੋ ਅੰਦਰੋਂ ਨਿਕਲਦਾ ਯਾਰ ਸ਼ਬਦ, ਉਹ ਬੜੇ ਮਾਇਨੇ ਰੱਖਦਾ ਹੈ। ਉੱਥੇ ਤੇ ਬੰਦਾ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਨਾ, ਜਾਕਾ ਮੀਤ ਸਾਜਨ ਹੈ ਸਮੀਆਂ, ਤੇ ਸਜਨ ਕਹੋ ਕਹੋ ਕਾ ਕੀ ਕਮੀਆਂ। ਜਿਹਨੇ ਵਾਹਿਗੁਰੂ ਜੀ ਨੂੰ ਮਿੱਤਰ ਬਣਾ ਲਿਆ, ਯਾਰ ਬਣਾ ਲਿਆ, ਦੱਸੋ ਹੁਣ ਉਹਨੂੰ ਕਾਹਦੀ ਕਮੀ। ਤੇ ਪੁੱਛੀਏ ਸਤਿਗੁਰੂ ਜੀ ਤੁਸੀਂ ਮਿੱਤਰ ਬਣਾਇਆ ਸੀ? ਕਹਿੰਦੇ ਹਾਂ ਬਣਾਇਆ ਸੀ। ਤੇ ਫਿਰ ਮਿੱਤਰ ਨੇ ਤੁਹਾਡੇ ਲਈ ਕੁਝ ਕੀਤਾ? ਕਹਿੰਦੇ ਮੇਰੇ ਲਈ ਇਤਨਾ ਕੁਝ ਕਰ ਦਿੱਤਾ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ, ਉਗ ਬਣਹੋ ਤੈ ਆਤਮਣਹੋ ਚੌ ਚੱਕੀ ਕੀਅਨ ਲੋਹਾ। ਕਹਿੰਦੇ ਜਿੱਥੋਂ ਸੂਰਜ ਨਿਕਲਦਾ ਤੇ ਜਿੱਥੇ ਜਾ ਕੇ ਛੁਪਦਾ ਹੈ, ਉੱਥੇ ਤੱਕ ਪ੍ਰਤਾਪ ਫੈਲਾ ਦਿੱਤਾ ਮੇਰਾ। ਪਤਾ ਦਾਸ ਅਰਜ ਕਿਉਂ ਕਰ ਰਿਹਾ ਹੈ? ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਨੇ ਵੀ ਮਾਲਕ ਵਾਹਿਗੁਰੂ ਜੀ ਨੂੰ ਸੰਬੋਧਨ ਦਿੱਤਾ ਸੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦਾ ਰਹਿਣਾ। ਇਹ ਰਜਾਈਆਂ ਰੋਗ ਹੀ ਨੇ। ਕਿਸ ਵੇਲੇ ਕਿਹਾ ਸੀ? ਜਦ ਕੋਲ ਕੁਝ ਵੀ ਨਹੀਂ ਸੀ ਤੇ ਇਹੋ ਜਿਹੀ ਅੱਤ ਦੀ ਠੰਡ ਸੀ ਇਸ ਤੋਂ ਵੱਧ, ਤੇ ਮਾਛੀਵਾੜੇ ਦੇ ਜੰਗਲ ਹੋਣ, ਪੈਰਾਂ 'ਚ ਜੋੜੇ ਨਾ ਹੋਣ, ਸਿਰ ਉੱਤੇ ਦਸਤਾਰ ਨਹੀਂ ਕੇਸਕੀ, ਤੇ ਇੱਕੋ ਇੱਕ ਜਾਮਾ ਸੀ ਉਹ ਵੀ ਲੀਰੋ ਲੀਰ, ਤੇ ਜਿਸ ਵੇਲੇ ਭਾਈ ਮਾਨ ਸਿੰਘ, ਦਇਆ ਸਿੰਘ, ਧਰਮ ਸਿੰਘ ਲੈ ਕੇ ਪਹੁੰਚਦੇ ਨੇ ਪੰਜਾਬਾ ਗੁਲਾਬਾ ਦੇ ਬਾਗ ਦੇ ਵਿੱਚ, ਤੇ ਖੂਹ ਦੇ ਟਿੰਡਾਂ ਕੋਈ ਭਾਂਡਾ ਕੋਲ ਨਹੀਂ, ਤੇ ਸਿੰਘਾਂ ਨੇ ਆਪਣੀ ਓਕ ਵਿੱਚ ਪਾਣੀ ਲੈ ਕੇ ਸਤਿਗੁਰੂ ਜੀ ਨੂੰ ਛਕਾਇਆ ਸੀ। ਜਦ ਕੁਝ ਵੀ ਨਹੀਂ ਸੀ ਉਦੋਂ ਵੀ ਸ਼ੁਕਰਾਨਾ ਸੀ। ਕਿਹੋ ਜਿਹਾ ਸ਼ੁਕਰਾਨਾ ਸੀ? ਕਿ ਇਹ ਮੇਰੇ ਮਿੱਤਰ ਵਾਹਿਗੁਰੂ, ਮੈਂ ਨਿਭਾਵਾਂਗਾ, ਪਿੱਛੇ ਨਹੀਂ ਹਟਾਂਗਾ। ਹੁਣ ਟੂਕ ਮਾਤਰ ਬੇਨਤੀ ਕਰਦੇ ਹਾਂ, ਕਿਉਂਕਿ ਕਈ ਵਾਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਵੀ ਸ਼ਾਇਦ ਬੇਨਤੀ ਕੀਤੀ ਜਾਂ ਹੋਰ ਜਗ੍ਹਾ ਤੋਂ ਵੀ, ਪਰ ਜਦ ਸਬਜੈਕਟ ਤੁਰਦਾ ਹੈ ਨਾ ਤਾਂ ਗੱਲ ਆ ਜਾਂਦੀ ਹੈ ਕਿ ਦੁਨੀਆਂ ਦਾ ਕੋਈ ਵੀ ਰਿਸ਼ਤਾ ਸਾਡੀ ਮਰਜ਼ੀ ਦਾ ਨਹੀਂ ਹੈ। ਸਾਨੂੰ ਪੁੱਛ ਕੇ ਵਾਹਿਗੁਰੂ ਜੀ ਨੇ ਇਹ ਰਿਸ਼ਤੇ ਨਹੀਂ ਬਣਾਏ ਨੇ ਵੀ ਕਿਹੋ ਜਿਹਾ ਪਿਤਾ ਚਾਹੀਦਾ ਉੱਥੇ ਜਨਮ ਦਿਆਂ। ਜੇ ਪੁੱਛ ਕੇ ਜਨਮ ਦਿੰਦਾ ਤੇ ਹੋ ਸਕਦਾ ਪ੍ਰਹਲਾਦ ਭਗਤ ਹਰਨਾਖਸ਼ ਵਰਗਾ ਪਿਤਾ ਨਾ ਮੰਗਦਾ। ਜੇ ਪੁੱਛ ਕੇ ਜਨਮ ਦਿੰਦਾ ਕਿਹੋ ਜਿਹਾ ਪੁੱਤਰ ਚਾਹੀਦਾ ਤੇ ਸ਼ਾਹਜਹਾਨ ਬਾਦਸ਼ਾਹ ਔਰੰਗਜ਼ੇਬ ਵਰਗਾ ਪੁੱਤਰ ਸ਼ਾਇਦ ਨਾ ਮੰਗਦਾ ਜੋ ਸਕੇ ਮਾਂ ਬਾਪ ਨੂੰ ਪਾਣੀ ਤੋਂ ਤਰਸਾ ਕੇ ਮਾਰ ਦਿੰਦਾ। ਜੋ ਪੁੱਛ ਕੇ ਜਨਮ ਦਿੰਦਾ ਕਿਹੋ ਜਿਹਾ ਭਰਾ ਚਾਹੀਦਾ, ਹੋ ਸਕਦਾ ਦਾਰਾ ਔਰੰਗਜ਼ੇਬ ਵਰਗਾ ਭਰਾ ਨਾ ਮੰਗਦਾ ਜੋ ਰਾਜ ਗੱਦੀ ਤੇ ਖੋਹ ਲੈਂਦਾ, ਕਤਲ ਵੀ ਕਰ ਦਿੰਦਾ। ਸਾਨੂੰ ਪੁੱਛਿਆ ਥੋੜਾ ਵੀ ਕਿਹੋ ਜਿਹਾ ਖਾਨਦਾਨ ਚਾਹੀਦਾ ਜਿੱਥੇ ਮਾਂ ਨੂੰ ਜਨਮ ਦਿੱਤਾ ਆਪੇ ਨਾਨਾ ਨਾਨੀ ਹੋ ਗਏ, ਜਿੱਥੇ ਪਿਤਾ ਨੂੰ ਜਨਮ ਦਿੱਤਾ ਆਪੇ ਦਾਦਾ ਦਾਦੀ ਹੋ ਗਏ। ਇੱਕ ਗੱਲ ਹੋਰ ਭੁਲੇਖਾ ਸਾਨੂੰ ਪੈਂਦਾ, ਪਤੀ ਪਤਨੀ ਵਾਲਾ ਰਿਸ਼ਤਾ। ਬੰਦਾ ਸੋਚਦਾ ਮੈਂ ਚੁਣ ਕੇ ਕਰਦਾ, ਵੀ ਲੜਕੀ ਲੜਕਾ ਇੱਕ ਦੂਜੇ ਨੂੰ ਵੇਖਦੇ ਨੇ, ਪਤੀ ਪਤਨੀ ਵੇਖਦੇ ਨੇ, ਪਰਿਵਾਰ
ਇੱਕ ਦੂਜੇ ਨੂੰ ਚੁਣਦੇ ਨੇ ਤਾਂ ਰਿਸ਼ਤਾ ਹੁੰਦਾ। ਸਾਹਿਬ ਕਹਿੰਦੇ ਨਹੀਂ, ਇਹ ਵੀ ਭੁਲੇਖਾ ਹੈ। ਨਾਨਕ ਸਤਿਗੁਰ ਤਿਨ੍ਹਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਸੰਜੋਗ ਧੁਰ ਦਰਗਾਹ ਤੋਂ ਬਣੇ ਨੇ। ਜੇ ਕੋਈ ਚੁਣ ਕੇ ਪਤਨੀ ਲੈ ਸਕਦਾ ਹੁੰਦਾ ਤੇ ਹੋ ਸਕਦਾ ਭਰਥਰੀ ਰਾਜਾ ਇਹੋ ਜੀ ਪਤਨੀ ਕਦੀ ਨਾ ਮੰਗਦਾ ਜੋ ਸਕੇ ਮਾਂ ਬਾਪ ਨੂੰ ਪਾਣੀ ਤੋਂ, ਜੋ ਭਰਾ ਤੋਂ ਭਰਾ ਨੂੰ ਕਤਲ ਕਰਵਾ ਦਿੰਦੀ ਹੈ। ਜੇ ਉਹ ਪੁੱਛ ਕੇ ਕੋਈ ਭੈਣ ਪਤੀ ਲੈ ਸਕਦੀ ਹੁੰਦੀ ਤੇ ਹੋ ਸਕਦਾ ਕੋਈ ਵੀ ਸ਼ਰਾਬੀ ਕਬਾਬੀ ਕੁਕਰਮੀ ਪਤੀ ਨਾ ਮੰਗਦੀ, ਪਰ ਪੁੱਛਿਆ ਥੋੜਾ ਕਿਸੇ ਤੋਂ। ਦੁਨੀਆਂ ਦਾ ਕੋਈ ਵੀ ਰਿਸ਼ਤਾ ਜੋ ਹੈ ਸਾਡੀ ਮਰਜ਼ੀ ਦਾ ਨਹੀਂ ਹੈ। ਕਈ ਵਾਰੀ ਬੱਚੇ ਮਹੀਨਿਆਂ ਬੱਧੀ ਇੱਕ ਦੂਜੇ ਨਾਲ ਰਹਿੰਦੇ ਨੇ ਤਾਂ ਵੀ ਰਿਸ਼ਤੇ ਵਿਆਹ ਵਿੱਚ ਤਬਦੀਲ ਨਹੀਂ ਹੁੰਦੇ। ਮਾਂ ਬਾਪ ਕਈ ਕਈ ਮੀਟਿੰਗ ਕਰਦੇ ਨੇ ਤਾਂ ਵੀ ਰਿਸ਼ਤਾ ਨਹੀਂ ਹੁੰਦਾ, ਤੇ ਕਿਤੇ ਇੱਕ ਵਾਰੀ ਮਿਲਦੇ ਨੇ ਹੋ ਜਾਂਦਾ ਹੈ, ਕਿਤੇ ਬੱਚੇ ਹੀ ਇੱਕ ਵਾਰੀ ਟਕਰਾਉਂਦੇ ਨੇ ਰਿਸ਼ਤਾ ਹੋ ਜਾਂਦਾ ਹੈ। ਭਾਵ ਕਿ ਸਭ ਬਹਾਨੇ ਨੇ ਧੁਰ ਦਰਗਾਹ ਤੋਂ ਰਿਸ਼ਤਾ ਬਣਿਆ ਹੈ। ਪਰ ਇਹ ਰਿਸ਼ਤੇ ਜਿਹੜੇ ਨੇ ਨਾ ਟੁੱਟ ਕੇ ਵੀ ਨਹੀਂ ਟੁੱਟਦੇ, ਸਾਡੀ ਮਰਜ਼ੀ ਦੇ ਨਹੀਂ ਨੇ। ਬੰਦਾ ਦੁੱਖ ਪਾ ਰਿਹਾ ਹੁੰਦਾ ਹੈ, ਪਤੀ ਪਤਨੀ ਇੱਕ ਦੂਜੇ ਤੋਂ ਇਤਨੇ ਦੁਖੀ ਹੁੰਦੇ ਨੇ ਪਰ ਫਿਰ ਵੀ ਨਿਭਾ ਰਹੇ ਹੁੰਦੇ ਨੇ ਜੀ, ਬੱਚੇ ਨੇ ਪਰਿਵਾਰ ਨੇ। ਔਲਾਦ ਇਤਨਾ ਦੁੱਖ ਦੇ ਰਹੀ ਹੁੰਦੀ ਹੈ, ਮਾਂ ਬਾਪ ਦੀ ਜ਼ਿੰਦਗੀ ਨਰਕ ਬਣਾ ਦਿੰਦੀ ਹੈ, ਫਿਰ ਵੀ ਨਹੀਂ ਟੁੱਟਦੇ ਰਿਸ਼ਤੇ। ਕਈ ਵਾਰੀ ਮਾਂ ਬਾਪ ਬੇਦਖਲ ਵੀ ਕਰ ਦਿੰਦੇ ਨੇ, ਅਖਬਾਰਾਂ 'ਚ ਕਢਾ ਦਿੰਦੇ ਨੇ, ਫਿਰ ਵੀ ਕਦੀ ਕੋਈ ਇਹ ਨਹੀਂ ਕਹਿੰਦਾ ਕਿ ਕਦੀ ਪਿਓ ਪੁੱਤਰ ਹੁੰਦੇ ਸਨ, ਅੱਜ ਵੀ ਨੇ। ਸਕੇ ਭਰਾਵਾਂ ਨੂੰ ਕਦੀ ਕੋਈ ਨਹੀਂ ਕਹਿੰਦਾ ਕਿ ਕਦੀ ਭਰਾ ਹੁੰਦੇ ਸਨ, ਭਾਵੇਂ ਰਿਸ਼ਤਾ ਖਤਮ ਕਰ ਲਿਆ ਉਹਨਾਂ ਨੇ, ਫਿਰ ਵੀ ਕੋਈ ਨਹੀਂ ਕਹਿੰਦਾ, ਟੁੱਟ ਕੇ ਵੀ ਨਹੀਂ ਟੁੱਟਦੇ ਰਿਸ਼ਤੇ। ਪਰ ਇੱਕ ਰਿਸ਼ਤਾ ਹੈ ਜੋ ਅਸੀਂ ਚੁਣ ਸਕਦੇ ਹਾਂ, ਉਹ ਹੈ ਮਿੱਤਰਤਾ ਵਾਲਾ। ਉਹ ਸਾਨੂੰ ਸਮਝ ਦਿੱਤੀ ਹੈ ਵਾਹਿਗੁਰੂ ਜੀ ਨੇ। ਜਿਸ ਤਰ੍ਹਾਂ ਸਾਨੂੰ ਪਤਾ ਹੈ ਅੱਗ ਹੈ ਇਹ ਪਾਣੀ ਹੈ, ਇਹ ਫੁੱਲ ਹੈ ਇਹ ਕੰਡਾ ਹੈ, ਇਹ ਦਿਨ ਹੈ ਇਹ ਰਾਤ ਹੈ, ਇਹ ਦੁੱਖ ਹੈ ਇਹ ਸੁੱਖ ਹੈ, ਇਹ ਪਾਪ ਹੈ ਇਹ ਪੁੰਨ ਹੈ, ਅਸੀਂ ਚੁਣ ਸਕਦੇ ਹਾਂ, ਚੋਣ ਕਰ ਸਕਦੇ ਹਾਂ। ਬਿਲਕੁਲ ਇਉਂ ਸਾਨੂੰ ਪਤਾ ਹੁੰਦਾ ਇਹ ਮਿੱਤਰ ਚੰਗਾ ਹੈ ਇਹ ਮਾੜਾ ਹੈ, ਅਸੀਂ ਚੁਣ ਸਕਦੇ ਹਾਂ। ਕਿਹਾ ਜਾਂਦਾ ਬੱਚਿਆਂ ਨੂੰ ਕਿ ਕਲਾਸ 'ਚ ਚੰਗੇ ਮਿੱਤਰ ਬਣਾਇਓ, ਮਾਂ ਬਾਪ ਸਮਝਾਉਂਦੇ ਨੇ, ਪ੍ਰਿੰਸੀਪਲ ਟੀਚਰ ਸਮਝਾਉਂਦੇ ਨੇ, ਪਰ ਬੱਚੇ ਦੇ ਜਿੱਥੇ ਵਿਚਾਰ ਮਿਲਦੇ ਨੇ ਉਹੋ ਜਿਹੇ ਮਿੱਤਰ ਬਣਾਉਂਦਾ, ਅਤੇ ਜਿਹੋ ਜਿਹੇ ਮਿੱਤਰ ਮਿਲਦੇ ਨੇ ਉਹੋ ਜਿਹੀ ਜ਼ਿੰਦਗੀ ਬਣ ਜਾਂਦੀ ਹੈ। ਮਾੜੇ ਮਿੱਤਰ ਮਿਲੇ ਜ਼ਿੰਦਗੀ ਮਾੜੇ ਪਾਸੇ ਚਲੀ ਗਈ, ਚੰਗਾ ਮਿੱਤਰ ਮਿਲਿਆ ਇੱਕੋ ਹੀ ਮਿੱਤਰ ਜੀਵਨ ਨੂੰ ਸੰਵਾਰ ਕੇ ਸ਼ਿੰਗਾਰ ਕੇ ਰੱਖ ਦਿੰਦਾ। ਹੁਣ ਗੁਰੂ ਤੋਂ ਚੰਗਾ ਮਿੱਤਰ ਕੌਣ ਹੋਵੇਗਾ, ਵਾਹਿਗੁਰੂ ਤੋਂ ਚੰਗਾ ਮਿੱਤਰ ਕੌਣ ਹੋਵੇਗਾ। ਤੇ ਸਾਹਿਬ ਕਹਿੰਦੇ ਮੈਂ ਤੇ ਮਿੱਤਰ ਬਣਾਇਆ ਵਾਹਿਗੁਰੂ ਨੂੰ, ਜਿਹਨੂੰ ਹੱਕ ਨਾਲ ਕਹਿ ਸਕਦਾ ਜੇ ਤੂੰ ਮਿੱਤਰ ਅਸਾਡੜਾ ਇੱਕ ਭੋਰੀ ਨਾ ਵਿਛੋੜ। ਤੇ ਜੇ ਮਿੱਤਰ ਬਣਾ ਲਿਆ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਕਿ ਮੇਰੇ ਨਾਲ ਮਿੱਤਰਤਾ ਨਿਭਾਈ, ਤੇ ਜੇ ਨਿਭਾਈ ਤੁਸੀਂ ਵੀ ਨਿਭਾਈ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਾਂ, ਜਦ ਆਵਾਜ਼ ਆਈ ਨਾ ਮੈਨੂੰ ਕਿ ਮਿੱਤਰਾ ਹੁਣ ਤੇਰੀ ਲੋੜ ਹੈ, ਜ਼ੁਲਮ ਤੇ ਜ਼ਾਲਮ ਨੂੰ ਰੋਕਣ ਲਈ ਤੈਨੂੰ ਤਵੀਆਂ ਉੱਤੇ ਬੈਠਣਾ ਪੈਣਾ ਹੈ, ਗਰਮ ਰੇਤ ਦੇ ਕੜਛੇ ਪਵਾਉਣੇ ਪੈਣੇ ਨੇ, ਉਬਲਦੇ ਪਾਣੀ 'ਚ ਉਬਲਣਾ ਪੈਣਾ ਹੈ। ਹੁਣ ਹੈ ਤੇ ਮੌਤ ਦੀ ਖੇਡ ਨਾ, ਜੋ ਤੋ ਪ੍ਰੇਮ ਖੇਲਣ ਕੱਚ ਆਓ, ਸਿਰ ਧਰਤਲੀ ਗਲੀ ਮੇਰੀ ਆਓ। ਜੋ ਅੱਜ ਦਾ ਸ਼ਬਦ ਕਹਿ ਰਿਹਾ ਹੈ, ਰਹਿਣ ਦਿਨਸ ਦੋ ਸੱਦੇ ਪਏ, ਰਾਤ ਦੇ ਦਿਨ ਮੌਤ ਦੇ ਸੁਨੇਹੇ ਆ ਰਹੇ ਨੇ। ਤੇ ਬੰਦਾ ਅਚਿੰਤ ਹੋ ਕੇ ਬੈਠਾ, ਮੈਨੂੰ ਥੋੜਾ ਮੌਤ ਆਉਣੀ ਹੈ। ਕੱਲ ਹੀ ਦਾਸ ਨੇ ਸੁਣਿਆ, ਮੈਂ ਬਾਹਰ ਗਿਆ ਹੋਇਆ ਸੀ ਰਾਂਚੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਉੱਤੇ, ਤੇ ਸੀਸਗੰਜ ਸਾਹਿਬ ਮੇਰੇ ਨਾਲ ਸਾਹਿਕ ਗ੍ਰੰਥੀ ਉਹ ਪਰਮਜੀਤ ਸਿੰਘ, ਤੇ ਮੈਨੂੰ ਕੱਲ ਅਚਾਨਕ ਸੁਣਨ ਨੂੰ ਮਿਲਿਆ ਵੀ ਚੰਗਾ ਭਲਾ ਚਾਰ ਦਿਨ ਪਹਿਲਾਂ ਮੇਰੇ ਨਾਲ ਗੱਲ ਕੀਤੀ ਹੈ, ਦੌੜਿਆ ਭੱਜਿਆ ਫਿਰ ਰਿਹਾ ਤੇ ਪਤਾ ਲੱਗਾ ਮੌਤ ਦੀ ਨਿੰਦਰ ਸੌਂ ਗਿਆ। ਕਿਸ ਦਾ ਪਤਾ ਹੈ, ਕਿਸ ਵੇਲੇ ਕਾਹਦਾ ਮਾਣ ਅਸੀਂ ਕਰਦੇ ਹਾਂ। ਜ਼ਿੰਦਗੀ ਕਿਆ ਹੈ, ਤਰਤੀਬੇ ਅਨਾਸਰ ਕਾ ਜ਼ਹੂਰ, ਮੌਤ ਕਿਆ ਹੈ ਇਨਹੀ ਅੱਜਾਂ ਕਾ ਪਰੇਸ਼ਾਂ ਹੋਣਾ, ਮੌਤ ਕਿਆ ਹੈ ਇਨਹੀ ਅੱਜਾਂ ਕਾ ਪਰੇਸ਼ਾਂ ਹੋਣਾ। ਕਿਉਂ ਡਰਨਾ ਮੌਤ ਤੋਂ, ਜ਼ਿੰਦਗੀ ਨੂੰ ਤਰਤੀਬ ਅਨੁਸਾਰ ਜੀਓ, ਕਿਉਂ ਹੰਕਾਰ ਕਰਨਾ। ਅਸੀਂ ਵੇਖਦੇ ਹਾਂ ਧਾਰਮਿਕ ਜਗਤ ਦੇ ਵਿੱਚ, ਰਾਜਨੀਤਿਕ ਜਗਤ ਦੇ ਵਿੱਚ, ਸਮਾਜਿਕ ਪਰਿਵਾਰਕ ਹਰ ਜਗ੍ਹਾ ਕੁਝ ਲੋਕਾਂ
ਦਾ ਅਹੰਕਾਰ ਸ਼ਿਖਰ ਨੂੰ ਛੂ ਰਿਹਾ ਹੁੰਦਾ ਹੈ, ਟੀਸੀ ਤੇ ਹੁੰਦਾ ਹੈ, ਤੇ ਉਹ ਝਟਕਾ ਖਾ ਕੇ ਡਿੱਗਦਾ ਹੈ ਥੱਲੇ, ਕਿਸੇ ਪਾਸੇ ਦਾ ਨਹੀਂ ਰਹਿ ਜਾਂਦਾ। ਪਰ ਉਹਦੀ ਜਗ੍ਹਾ ਲੈਣ ਵਾਲਾ ਫਿਰ ਉਹ ਜਿਹਾ ਅਹੰਕਾਰ ਕਰ ਲੈਂਦਾ, ਉਹ ਸੋਚਦਾ ਮੇਰੇ ਨਾਲ ਤੇ ਇਉਂ ਹੋਣਾ ਹੀ ਨਹੀਂ ਹੈ। ਕਿਸੇ ਵੀ ਖੇਤਰ ਦੇ ਵਿੱਚ ਕੋਈ ਕਾਮਯਾਬੀ ਮਿਲੇ, ਨਿਮਰਤਾ ਦਾ ਪੱਲਾ ਨਾ ਛੱਡੋ। ਜੇ ਅੰਦਰ ਭਲਾ ਕਰਨ ਦੀ ਬਿਰਤੀ ਹੈ ਤੇ ਮਾਲਕ ਵਾਹਿਗੁਰੂ ਨਾਲ ਖੜਾ ਹੁੰਦਾ ਹੈ। ਔਰੰਗਜ਼ੇਬ ਨੂੰ ਤੇ ਭੁਲੇਖਾ ਸੀ ਨਾ, ਸਭ ਕੁਝ ਮੈਂ ਖੋ ਲਿਆ, ਪਰ ਅੱਜ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੈ, ਔਰੰਗਜ਼ੇਬ ਦਾ ਨਹੀਂ ਹੈ। ਮੌਤ, ਗੁਰੂ ਅਰਜਨ ਦੇਵ ਸਾਹਿਬ ਜੀ ਕਿਤੇ ਡਰੇ ਨੇ ਮੌਤ ਤੋਂ? ਕਹਿੰਦੇ ਆਵਾਜ਼ ਆਈ ਸੀ ਸਾਹਮਣੇ ਤੋਂ ਕਿ ਤਤੀਆਂ ਤਵੀਆਂ ਉੱਤੇ ਬੈਠਣਾ ਪੈਣਾ, ਗਰਮ ਰੇਤ ਦੇ ਕੜਛੇ ਪਵਾਉਣੇ ਪੈਣੇ ਨੇ, ਉਬਲਦੇ ਪਾਣੀ 'ਚ ਉਬਲ ਜਾਣਾ ਪੈਣਾ ਹੈ। ਤੇ ਕੀ ਕਿਹਾ ਮਿੱਤਰ ਨੇ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ। ਮੇਰੇ ਮਿੱਤਰ ਤੂੰ ਮੇਰੇ ਨਾਲ ਨਿਭਾਈ, ਮੈਂ ਵੀ ਨਿਭਾਵਾਂਗਾ, ਮੈਂ ਪਿੱਠ ਵਿਖਾ ਕੇ ਦੌੜਾਂਗਾ ਨਹੀਂ। ਕਿਉਂਕਿ ਯਾਦ ਰੱਖਣਾ, ਮਿੱਤਰਤਾ ਦੋਨਾਂ ਪਾਸਿਆਂ ਤੋਂ ਨਿਭਦੀ ਹੈ। ਇਹ ਜਿਹੜੇ ਦੁਨਿਆਵੀ ਰਿਸ਼ਤੇ ਨੇ ਨਾ, ਦੋਨਾਂ ਪਾਸਿਆਂ ਤੋਂ ਨਾ ਨਿਭਾਏ ਜਾਣ ਤਾਂ ਵੀ ਨਹੀਂ ਟੁੱਟਦੇ। ਪਿਤਾ ਅਖੀਰ ਤੱਕ ਮਰਦਾ ਖਪਦਾ ਰਹਿੰਦਾ ਹੈ, ਆਪ ਭੁੱਖਿਆਂ ਰਹਿ ਕੇ ਬੱਚਿਆਂ ਨੂੰ ਰਜਾਉਂਦਾ ਰਹਿੰਦਾ ਹੈ, ਆਪ ਕੱਪੜੇ ਨਹੀਂ ਪਾਉਂਦਾ, ਬੱਚਿਆਂ ਨੂੰ ਨਵੇਂ ਕੱਪੜੇ ਪਾਉਂਦਾ ਰਹਿੰਦਾ ਹੈ, ਸਭ ਕੁਝ ਕਰਦਾ ਹੈ। ਪਰ ਇੱਕ ਪਾਸੇ ਤੋਂ ਨਿਭ ਰਹੀ ਹੈ ਗੱਲ, ਦੂਜੇ ਪਾਸੇ ਤੋਂ ਨਹੀਂ। ਕੋਈ ਨਾਲਾਇਕ ਬੱਚਾ ਪਰਵਾਹ ਹੀ ਨਹੀਂ ਕਰ ਰਿਹਾ, ਤਾਂ ਵੀ ਰਿਸ਼ਤਾ ਨਹੀਂ ਟੁੱਟ ਰਿਹਾ। ਪਰ ਮਿੱਤਰਤਾ ਟੁੱਟ ਜਾਂਦੀ ਹੈ, ਮਿੱਤਰਤਾ ਦੋਨਾਂ ਪਾਸਿਆਂ ਤੋਂ ਨਿਭਦੀ। ਇੱਕ ਮਿੱਤਰ ਹਮੇਸ਼ਾ ਕੰਮ ਆਉਂਦਾ ਰਹੇ ਤੇ ਦੂਜਾ ਮੌਕਾ ਪੈਣ ਤੇ ਪਿੱਠ ਵਿਖਾ ਜਾਵੇ ਨਾ, ਮਿੱਤਰਤਾ ਟੁੱਟ ਜਾਂਦੀ ਹੈ। ਫਿਰ ਲੋਕ ਕਹਿੰਦੇ ਨੇ ਕਦੀ ਮਿੱਤਰ ਹੁੰਦੇ ਸਨ, ਇਹਦਾ ਮਤਲਬ ਅੱਜ ਨਹੀਂ ਹਨ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨਹੀਂ, ਜੇ ਮੈਂ ਮਿੱਤਰ ਬਣਾਇਆ, ਮੇਰੇ ਮਿੱਤਰ ਨੇ ਇਤਨਾ ਕੁਝ ਮੇਰੇ ਲਈ ਕੀਤਾ ਤੇ ਮੈਂ ਤਤੀਆਂ ਤਵੀਆਂ ਉੱਤੇ ਵੀ ਬੈਠ ਜਾਵਾਂਗਾ, ਮੈਂ ਮੌਤ ਨੂੰ ਗਲੇ ਲਗਾ ਲਾਂਗਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤਾਂ ਆਓ ਹਮਾਰੇ ਪਾਸ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੀ ਨਹੀਂ ਮੌਤ ਨਾਲ ਮਖੌਲ ਕੀਤਾ, ਇਹ ਗੁਰੂ ਦਰਬਾਰ ਦਾ ਸਿਧਾਂਤ ਸੀ, ਮੌਤ ਤੋਂ ਨਹੀਂ ਡਰੇ। ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਨੇ ਜੇ ਮਿੱਤਰ ਕਹਿ ਕੇ ਆਵਾਜ਼ ਮਾਰੀ ਨਾ, ਤੇ ਮਿੱਤਰਤਾ ਨਿਭਾਈ ਵੀ, ਮੌਤ ਤੋਂ ਨਹੀਂ ਡਰੇ। ਇਸ ਦੇਸ਼ ਦਾ ਰਾਸ਼ਟਰਪਤੀ ਡਾਕਟਰ ਜ਼ਾਕਿਰ ਹੁਸੈਨ ਕਹਿੰਦੇ, ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਦੇ ਜੀਵਨ ਉੱਤੇ ਨਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਤਕਰੀਰ ਉਹਨੇ ਦੇਣੀ ਸੀ, ਤੇ ਉਹ ਆਪਣਾ ਲੈਕਚਰ ਤਕਰੀਰ ਨਾ ਆਪ ਪੜ੍ਹ ਕੇ ਤਿਆਰ ਕਰਾ ਰਿਹਾ ਸੀ। ਅਜੋਕੇ ਸਮੇਂ ਦੇ ਤੇ ਨੇਤਾ ਆਪਣਾ ਭਾਸ਼ਣ ਵੀ ਦੂਜਿਆਂ ਤੋਂ ਲਿਖਵਾ ਲੈਂਦੇ ਨੇ, ਪਰ ਡਾਕਟਰ ਜ਼ਾਕਿਰ ਹੁਸੈਨ ਬੜੀ ਇਮਾਨਦਾਰੀ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੀਵਨ ਪੜ੍ਹ ਕੇ ਨਾ ਉਹ ਨੋਟ ਲਿਖ ਲਿਖ ਕੇ ਤਕਰੀਰ ਤਿਆਰ ਕਰ ਰਹੇ ਸਨ। ਤੇ ਅਚਾਨਕ ਕੀ ਵੇਖਦੇ ਨੇ, ਜਿਹਨਾਂ ਕਾਗਜ਼ਾਂ ਉੱਤੇ ਉਹ ਤਕਰੀਰ ਲਿਖ ਰਹੇ ਨੇ ਉਹਨਾਂ ਉੱਤੇ ਪਾਣੀ ਦੇ ਤੁਪਕੇ ਡਿੱਗੇ ਹੋਏ ਨੇ, ਹੈਰਾਨ ਹੋ ਗਏ। ਉੱਪਰ ਥੱਲੇ ਵੇਖਿਆ, ਰਾਸ਼ਟਰਪਤੀ ਭਵਨ ਦੇ ਵਿੱਚ ਪਾਣੀ ਕਿੱਥੋਂ ਆ ਗਿਆ, ਛੱਤ ਤੋਂ ਕਿਤੇ ਵੀ ਪਾਣੀ ਨਹੀਂ ਟਪਕ ਰਿਹਾ ਸੀ। ਤੇ ਜਦ ਧਿਆਨ ਮਾਰਿਆ, ਆਪਣਾ ਚਸ਼ਮਾ ਇਹਨਾਂ ਕੁਤਾਰੀ ਤੇ ਅੱਖਾਂ ਗਿੱਲੀਆਂ ਸਨ, ਇਤਨੇ ਅਥਰੂ ਡਿੱਗੇ ਸਨ ਕਿ ਕਾਗਜ਼ ਗਿੱਲੇ ਹੋ ਗਏ ਸਨ, ਤੇ ਬਾਹਾਂ ਉੱਪਰ ਚੱਕ ਕੇ ਕਿਹਾ ਸੀ, ਵਾਹ ਗੁਰੂ ਗੋਬਿੰਦ ਸਿੰਘ ਸਾਹਿਬ, ਸਿਜਦਾ ਹੈ ਤੈਨੂੰ। ਵੀ ਇਹੋ ਜਿਹਾ ਮਹਾਨ ਚੜ੍ਹਦੀ ਕਲਾ ਵਾਲਾ ਜੀਵਨ, ਪਰ ਇਤਨਾ ਦਰਦੀਲਾ ਤੇ ਦਰਦਨਾਕ। ਆਪ ਡਾਕਟਰ ਮੁਜੀਬ ਨੂੰ ਇਹ ਗੱਲ ਡਾਕਟਰ ਜ਼ਾਕਿਰ ਹੁਸੈਨ ਨੇ ਸੁਣਾਈ ਸੀ ਤੇ ਇਹਨਾਂ ਨੇ ਲਿਖੀ। ਕਦੀ ਸੋਚੀਏ ਤੇ ਸਹੀ, ਮੌਤ ਕਿਤੇ ਡਰਾ ਸਕੀ ਆ? ਇਸ ਦੇਸ਼ ਦੇ ਲੋਕ ਕਦੀ ਇਨਸਾਫ ਕਰ ਸਕਣਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਨਾਲ? ਅੱਲਾ ਯਾਰ ਖਾਂ ਜੋਗੀ ਕਹਿ ਦਿੰਦਾ ਹੈ, ਇਨਸਾਫ ਕਰੇ ਦਿਲ ਮੇਂ ਜਮਾਨਾ ਤੋਂ ਯਕੀਨ ਹੈ, ਕਹਿ ਦੇ ਗੁਰੂ ਗੋਬਿੰਦ ਸਿੰਘ ਕਾ ਸਾਨੀ ਹੀ ਨਹੀਂ ਹੈ, ਯੇ ਪਿਆਰ ਮੁਰੀਦੋਂ ਕਾ ਯੇ ਸ਼ਫਕਤ ਵੀ ਕਹੀਂ ਹੈ, ਭਗਤੀ ਮੇਂ ਅਰਸ਼ ਗੁਰੂ ਸੰਸਾਰ ਜਮੀ ਹੈ,
एक आंख से बुलबुला क्या लहर को देखे, साहिल को मझधार को या शहर को देखे, कल कहते हैं चमकौर में फिर खेत पड़ेगा, शहर होते ही गोविंद लाखों से लड़ेगा, शहर होते ही गोविंद लाखों से लड़ेगा। स्वेर हुंदी नहीं सी जंग शुरू हो जंदी सी, अदा ने कभी तुझको संभलने ना दिया था, आराम से पहलू को बदलने ना दिया था, कदी आराम नाल नहीं सुते, नहीं ते जो के समय वर्गे दे तारी गुरुआ मांग डेरेदारा मांग या साडे वर्गिया मांग मखमल दे गद्दियां उत्ते सुते हुंदे की लोड है। एक बारी इंतजाम हो गया, सब कुछ आ रहा, गुरु बन गए की लोड है कुछ करन दी, इदां ही ते गद्दियां मिल जांदियां ने, पुत्र ना होण ते बेटियां नूं दे दित्तियां जांदियां ने, पर घरों बाहर नहीं जान देनी। पर गुरु गोबिंद सिंह साहब सतगुरु चार साहब जाते सन, एक तां रख लैंदे ना कि मेरे पिछे ना गुरगद्दी संभालणगे, चारे दे चारे वार दते। देखो वारना शब्द भी क्या कमाल है। एक जगह कथा करन गए ते नौजवान बच्चों ने सवाल कर दिता कि ज्ञानी जी ये जो व्याह शादियां दे विच ना आम हुण भी कई बार जगह ना पिंडां दे विच की हुंदा है, जद लावां आ रही हुंदियां या कुछ या आम बच्चों का कोई कार्ज हुंदा है ते माँ बाप या होर लोग ना पैसे वारदे ने, रुपये वार के किसी नूं दे दित्ते जांदे ने लोड़वंद गरीब नूं, ते बच्चों ने सवाल किया वारिया क्यों जांदा है, ते दस्या बच्चो माँ बाप नूं लगदा है कि दुनिया दे च ना सब तो कीमती दात है दौलत रुपया, ते असी रुपये तो भी ज्यादा अपने बच्चों नूं अहमियत दिंदा दिंदे हाँ, इस करके रुपया ना ये धन दौलत असी बच्चों तो वार देंदे हाँ, भाव कि सब तो कीमती चीज तो भी कीमती साडे लई बच्चे ने। ते बच्चे कहन लगे कि भी अज तक केड़ा वारना सब तो महंगा सी, ते बेनती कीती कि ए ता पता नहीं कि दौलत दे पक्ष तो या जमीन ज्यादा तो केड़ा वारना सब तो चंगा सी या वड्डा सी, पर एक वारना जो सी ना उहदे सामने दुनिया दे सारे वारने फिक्के पै जांदे ने, खत्म हो जांदे ने, वो केड़ा वारना सी। जद सरबंस ही वार दिता ना गुरु गोबिंद सिंह साहब जी ने, ते दमदमा साहब माता सुंदर कौर साहब कौर मुलाकात हुई उन्हां नाल, ते मावा ने पुछ लिया सतगुरु जी तो, सतगुरु जी लाल नज़र नहीं आउंदे, पुत्तर नज़र नहीं आउंदे, साहब कहंदे वार दित्ते ने, हैं वार दित्ते ने, वारना तो सतगुरु जी इउं जाणीए कोई सौ तो रुपया वार दवे, कोई लख तो हजार वार दवे, कोई करोड़ तो लख वार दवे, पर इत्थे ते वेख्या लोग पुत्रां तो करोड़ां वार दिंदे ने, इहो जी किहड़ी कीमती वस्तु सी जिस तों तुसी पुत्तर ही वार दित्ते ने। उदों कहा सी इन पुत्रन के सीस पर वार दिए सुत चार, चार मुवे तो क्या हुआ जीवत कई हजार, चार मुवे तो क्या हुआ जीवत कई हजार। वारना की ए नहीं किसे नूं गोद दे दित्ता, नहीं मौत दे हवाले कर दित्ते, अपनी अखां दे सामने वेख दे वेख दे। ते साहब अज कह रहे ने रहण दिनस दुए सदे पए, रात दिन सदे पै रहे ने मौत दे, रात ते दिन की ने। सतगुरु गुरु गोबिंद सिंह साहब दी कोल ना पौंटा साहब पीर बुद्धू शाह आए, पीर बुद्धू शाह दा वंश बड़ा दूर तक पिछे तो पिछे निजामुद्दीन औलिया ते मुहम्मद साहब दी बेटी तक संबंध जुड़दे ने, ते जद ये पीर जांदे सन लोग की राजे महाराजे बादशाह तक उठ के खड़े हो जांदे सन, पर जद बुद्धू शाह दर्शन करन गए गुरु गोबिंद सिंह साहब जी दे, ते उमर बुद्धू शाह तो गुरु गोबिंद सिंह साहब जी की दुनियावी उम्र बहुत छोटी सी, पर सतगुरु उठ के खड़े नहीं होए, चेले हैरान होए, पर पीर नूं तां पता सी बरकत दा, पहुंचे आप जाके
ਸਿਰ ਚੁਕਾਇਆ, ਸਤਿਗੁਰੂ ਜੀ ਨੇ ਗੱਲ ਵੱਕੜੀ 'ਚ ਲੈ ਲਿਆ ਅਤੇ ਸੋਚਿਆ ਪੀਰ ਨੇ ਕਿ ਭਾਵੇਂ ਸਤਿਗੁਰੂ ਉਮਰ ਵਿੱਚ ਛੋਟੇ ਨੇ ਪਰ ਖੁਦਾ ਦੀ ਬਰਕਤ ਹੈ, ਖੁਦਾ ਦਾ ਨੂਰ ਨੇ ਸਵਾਲ ਕਰ ਲਿਆ ਅਤੇ ਪੁੱਛ ਲਿਆ ਕਿ ਸਤਿਗੁਰੂ ਜੀ ਇੱਕ ਗੱਲ ਦੱਸੋ ਕਿ ਖੁਦਾ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ। ਸਾਹਿਬ ਨੇ ਕਿਹਾ ਜੇ ਖੁਦਾ ਨਾਲ ਮਿਲਾਪ ਕਰਨ ਦੀ ਸੋਚਣੀ ਹੈ ਨਾ ਤੇ ਜਿਤਨੀ ਦੁਨੀਆ ਹੈ ਬਿਨਾਂ ਵੈਰ ਤੋਂ ਉਹਨਾਂ ਦੀ ਸੇਵਾ ਕਰੋ ਤੇ ਸੇਵਾ ਕਰਦਿਆਂ ਹਉਮੈ ਨਾ ਹੋਵੇ। ਅਗਲਾ ਸਵਾਲ ਕਰ ਦਿੱਤਾ, ਮੰਨ ਲਓ ਇਉਂ ਕਰੀਏ ਤੇ ਖੁਦਾ ਦਾ ਮਿਲਾਪ ਹੋਵੇ ਤੇ ਮਿਲਾਪ ਵਾਲੀ ਅਵਸਥਾ ਕੀ ਹੈ? ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਕਿ ਜਿਸ ਤਰ੍ਹਾਂ ਰਾਤ ਤੇ ਦਿਨ ਇਕੱਠੇ ਹੁੰਦੇ ਨੇ ਨਾ, ਬਿਲਕੁਲ ਇਉਂ ਆਤਮਾ ਤੇ ਪਰਮਾਤਮਾ ਦਾ ਮੇਲ ਹੈ। ਸਮਝ ਨਹੀਂ ਸਕਿਆ, ਕਹਿੰਦਾ ਸਤਿਗੁਰੂ ਜੀ ਜਿਸ ਵੇਲੇ ਮਿਲਾਪ ਹੁੰਦਾ ਰਾਤ ਤੇ ਦਿਨ ਦਾ, ਉਦੋਂ ਰਾਤ ਤੇ ਖਤਮ ਹੋ ਜਾਂਦੀ ਹੈ ਤੇ ਮਿਲਾਪ ਕਾਹਦਾ ਹੋਇਆ? ਸਾਹਿਬ ਕਹਿੰਦੇ ਇਹੀ ਤੇ ਮਿਲਾਪ ਹੈ, ਜਦ ਵੀ ਚਾਨਣਾ ਆਉਂਦਾ ਹੈ ਅੰਧੇਰਾ ਖਤਮ ਹੋ ਜਾਂਦਾ ਹੈ, ਜਿਉਂ ਹੀ ਪਰਮਾਤਮਾ ਆਵੇਗਾ ਆਤਮਾ ਉਹਦੇ ਵਿੱਚ ਲੀਨ ਹੋ ਜਾਵੇ, ਖਤਮ ਹੋ ਜਾਵੇਗੀ। ਜਦ ਤੱਕ ਮੈਂ ਹੈ ਉਦੋਂ ਤੱਕ ਅੰਧੇਰਾ ਹੈ, ਜਿਉਂ ਹੀ ਤੂੰ ਤੂੰ ਹੋ ਗਿਆ ਉਦੋਂ ਹੀ ਚਾਨਣਾ ਹੋਵੇਗਾ, ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ, ਕੋਈ ਭੁਲੇਖਾ ਰਹਿ ਹੀ ਨਹੀਂ ਜਾਵੇਗਾ। ਬਸ ਸਾਹਿਬ ਉਹ ਗੱਲ ਅੱਜ ਵੀ ਸਮਝਾ ਰਹੇ ਨੇ, ਮਨ ਹਰ ਸਿਮਰੋ ਅੰਤ ਸਦਾ ਰੱਖ ਲਏ, ਐ ਮੇਰੇ ਮਨ ਤੂੰ ਉਸ ਵਾਹਿਗੁਰੂ ਜੀ ਦਾ ਸਿਮਰਨ ਕਰ, ਮੌਤ ਤੋਂ ਨਾ ਡਰ, ਵਾਹਿਗੁਰੂ ਤੈਨੂੰ ਆਪ ਰੱਖ ਲਏਗਾ। ਹਰ ਹਰ ਚੇਤ ਸਦਾ ਮਨ ਮੇਰੇ, ਹਰੀ ਹਰੀ ਚੇਤ ਹਮੇਸ਼ਾ ਐ ਮੇਰੇ ਮਨ, ਫਿਰ ਕੀ ਹੋਵੇਗਾ, ਸਭ ਆਲਸ ਦੁੱਖ ਭੰਜ ਪ੍ਰਭ ਪਾਇਆ, ਗੁਰਮਤਿ ਗਾਵਹੁ ਗੁਣ ਪ੍ਰਭ ਕੇਰੇ। ਕਹਿੰਦੇ ਸਾਰਾ ਆਲਸ ਖਤਮ ਹੋ ਜਾਵੇਗਾ, ਦੁੱਖ ਦੂਰ ਦੌੜ ਜਾਣਗੇ, ਪ੍ਰਭੂ ਦੀ ਪ੍ਰਾਪਤੀ ਹੋਵੇਗੀ, ਪਰ ਕਦ ਹੋਵੇਗੀ, ਜਦ ਗੁਰਮਤ ਨਾਲ ਜੁੜਾਂਗੇ, ਗੁਰੂ ਦੀ ਮਤ ਪ੍ਰਾਪਤੀ ਨਾਲ ਐਸਾ ਪ੍ਰਕਾਸ਼ ਹੋਵੇਗਾ ਕਿ ਵਾਹਿਗੁਰੂ ਦਾ ਮਿਲਾਪ ਹੋ ਜਾਵੇਗਾ। ਮਨਮੁੱਖ ਫਿਰ ਫਿਰ ਹਉਮੈ ਮੂਵੇ, ਕਾਲ ਦੈਤ ਸੰਘਾਰੇ ਜੰਪੁਰ ਗਏ। ਗੁਰਮੁਖ ਜਿਹੜੇ ਨੇ ਉਹ ਪ੍ਰਾਪਤੀ ਕਰ ਲੈਂਦੇ ਨੇ ਅਤੇ ਮਨਮੁੱਖ ਜੋ ਨੇ ਨਾ, ਕਹਿੰਦੇ ਉਹ ਜਮ ਦੇ ਵਸ ਪੈ ਜਾਂਦੇ ਨੇ, ਦੁੱਖਾਂ 'ਚ ਪੈ ਜਾਂਦੇ ਨੇ। ਗੁਰਮੁਖ ਹਰ 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 ਲਿਵ ਲਾਗੇ, ਜਨਮ ਮਰਨ ਦੋਵੂ ਦੁੱਖ ਭਾਗੇ। ਗੁਰਮੁਖਾਂ ਦੇ ਜਨਮ ਮਰਨ ਦੇ ਦੋਨੋਂ ਦੁੱਖ ਕੱਟੇ ਜਾਂਦੇ ਨੇ। ਅਖੀਰ 'ਚ ਕਹਿ ਦਿੱਤਾ, ਭਗਤ ਜਨਾ ਕਹੋ ਹਰ ਕਿਰਪਾ ਧਾਰੀ, ਗੁਰ ਨਾਨਕ ਤੁੱਠਾ ਮਿਲਿਆ ਬਨਵਾਰੀ। ਕਹਿੰਦੇ ਭਗਤ ਜਨਾਂ ਨੂੰ ਮਾਲਕ ਵਾਹਿਗੁਰੂ ਆਪ ਕਿਰਪਾ ਕਰਕੇ ਰੱਖ ਲੈਂਦਾ ਹੈ, ਜਿਨ੍ਹਾਂ ਉੱਤੇ ਗੁਰੂ ਨਾਨਕ ਤੁੱਠ ਪੈਂਦਾ ਹੈ, ਗੁਰੂ ਜਿਨ੍ਹਾਂ ਉੱਤੇ ਪ੍ਰਸੰਨ ਹੋ ਜਾਂਦਾ ਹੈ, ਮਿਲਿਆ ਬਨਵਾਰੀ, ਉਹਨਾਂ ਨੂੰ ਮਾਲਕ ਵਾਹਿਗੁਰੂ ਮਿਲ ਪੈਂਦਾ ਹੈ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਭਗਤਾਂ ਦੀ ਰੱਖਿਆ ਉਹ ਹਮੇਸ਼ਾ ਕਰਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਤੋਂ ਵੱਡਾ ਭਗਤ ਦੁਨੀਆ ਦੇ ਵਿੱਚ ਕੋਈ ਨਜ਼ਰ ਨਹੀਂ ਆਉਂਦਾ। ਇੱਕ ਭਗਤ ਨੇ ਕਿਹਾ, ਤੁਲਸੀ ਨੇ, ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾ ਹੈ ਤਾਂ ਜਨਨੀ ਬਾਂਝ ਰਹੇ, ਕਾਹੇ ਗਵਾਵੈ ਨੂਰ। ਕੋਈ ਦਾਤਾ ਬਣਾ ਮਾਂ ਜੇ ਜਨਮ ਦਿੱਤਾ ਹੈ, ਭਗਤ ਬਣਾ ਜਾਂ ਸੂਰਮਾ ਬਣਾ, ਕੁਝ ਤਾਂ ਬਣਾ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਵੇਖੋ ਨਾ, ਮਾਤਾ ਗੁਜਰ ਕੌਰ ਧੰਨ ਨੇ ਕਿ ਐਸਾ ਪੁੱਤਰ ਮਿਲਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਭਗਤ ਪੂਰੀ ਦੁਨੀਆ 'ਚ ਨਜ਼ਰ ਨਹੀਂ ਆਉਂਦਾ। ਗੁਰੂ ਗੋਬਿੰਦ ਸਿੰਘ ਜਦ ਭਗਤੀ ਕਰਦੇ ਨੇ, ਤੂੰ 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 ਕਰਦੇ ਆ, ਤੂੰ ਹੀ ਹੋ ਜਾਂਦੇ ਨੇ ਪਾਉਂਟਾ ਸਾਹਿਬ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਸੂਰਮਾ ਕਿਤੇ ਨਜ਼ਰ ਨਹੀਂ ਆਉਂਦਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਵੱਡਾ ਦਾਤਾ ਕਿਤੇ ਨਜ਼ਰ ਨਹੀਂ ਆਉਂਦਾ, ਜੋ ਆਪਣਾ ਪਿਤਾ ਪੁੱਤਰ ਕੀ ਸਰਬੰਸ ਤੱਕ ਵਾਰ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਹੋਰ ਕੋਈ ਦੁਨੀਆ ਦੇ ਵਿੱਚ ਨਹੀਂ ਹੈ। ਗੁਰੂ ਕਿਰਪਾ ਕਰੇ ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ, ਦਿਓ ਅਸੀਸ ਕਥਾ ਕਰਨ ਦੀ ਜਾਚ ਆ ਜਾਵੇ, ਸਾਂਝੇ ਤੌਰ 'ਤੇ ਸਾਰਿਆਂ ਲਈ ਅਰਦਾਸ ਹੈ, ਤੇਗ ਬਹਾਦੁਰ ਸਿਮਰਿਆ
ਹਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।